ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ GK ਅਕੈਡਮੀ ਪੰਜਾਬ 'ਤੇ। ਦੋਸਤੋ, ਅੱਜ ਦੀ ਆਪਣੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕਰਨ ਜਾ ਰਹੇ ਹਾਂ, ਜਿਹਦੇ ਲਈ ਕਿ ਵਾਰ ਵਾਰ ਮੈਨੂੰ ਵਟਸਐਪ ਦੇ ਉੱਤੇ ਜਾਂ ਟੈਲੀਗ੍ਰਾਮ ਦੇ ਉੱਤੇ ਮੈਸੇਜ ਆਉਂਦੇ ਨੇ ਅਤੇ ਕਈ ਵਾਰ ਬਹੁਤ ਜ਼ਿਆਦਾ ਬਿਜ਼ੀ ਹੋਣ ਕਰਕੇ ਮੇਰੇ ਤੋਂ ਮਤਲਬ ਕਿ ਰਿਪਲਾਈ ਨਹੀਂ ਦਿੱਤਾ ਜਾਂਦਾ। ਹੁਣ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਬਹੁਤ ਵੱਡਾ ਸਵਾਲ ਪੁੱਛਿਆ ਜਾਂਦਾ ਵਾ ਕਿ ਹਾਂਜੀ, ਕੀ ਆਪਣੀ ਕੋਈ ਪੇਡ ਐਪ ਹੈਗੀ ਆ ਕਿ ਨਹੀਂ। ਠੀਕ ਆ, ਹੁਣ ਮੈਂ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹਾਂ ਕਿ ਆਪਣੀ ਇਸ ਟਾਈਮ ਦੇ ਉੱਤੇ ਕੋਈ ਵੀ ਪੇਡ ਐਪ ਨਹੀਂ ਹੈਗੀ। ਠੀਕ ਆ, ਤਾਂ ਯੂਟਿਊਬ ਚੈਨਲ ਆ GK ਅਕੈਡਮੀ ਪੰਜਾਬ ਕਰਕੇ ਤੁਸੀਂ ਸਰਚ ਮਾਰੋਗੇ ਤਾਂ ਆਹ ਲੋਗੋ ਦੇ ਵਿੱਚ ਤੁਹਾਨੂੰ ਇਹ ਆਪਣਾ ਚੈਨਲ ਮਿਲ ਜਾਏਗਾ। ਠੀਕ ਆ, ਹੁਣ ਪਹਿਲਾ ਜਿਹੜਾ ਸਵਾਲ ਦਾ ਆਂਸਰ ਤੁਹਾਨੂੰ ਮਿਲ ਗਿਆ ਹੋਵੇਗਾ ਕਿ ਆਪਣੀ ਕੋਈ ਵੀ ਪੇਡ ਐਪ ਨਹੀਂ ਗੀ। ਠੀਕ ਆ, ਤਾਂ ਜੇਕਰ ਤੁਹਾਨੂੰ ਕੋਈ ਮਤਲਬ ਗਲਤ ਗੁੰਮਰਾਹ ਕਰ ਰਿਹਾ ਹੈ ਨਾ, ਜਾਂ ਤੁਹਾਨੂੰ ਕੋਈ ਕਹਿ ਰਿਹਾ ਕਿ ਹਾਂਜੀ ਪੇਡ ਐਪ ਹੈਗੀ ਆ, ਹੈ ਨਾ, ਜਾਂ ਪੇਡ ਦੇ ਵਿੱਚ ਕੰਟੈਂਟ ਕਿਹੜਾ ਕਿਹੜਾ ਕੰਟੈਂਟ ਆ। ਹੁਣ ਜੇਕਰ ਪੁੱਛਿਆ ਜਾਂਦਾ, ਕਿਉਂਕਿ ਕਈ ਵਾਰ ਮੈਸੇਜ ਦੇ ਵਿੱਚ ਕੁਝ ਬੱਚੇ ਆਪਣੇ ਨਾਲ ਨਵੇਂ ਜੁੜੇ ਨੇ, ਹੈ ਨਾ, ਉਹ ਕਹਿੰਦੇ ਨੇ ਕਿ ਤੁਸੀਂ ਮੈਸੇਜ ਦੇ ਵਿੱਚ ਲਿਖਿਆ ਹੁੰਦਾ ਕਿ ਪੇਡ ਕੰਟੈਂਟ ਕਿਹੜਾ ਵਾ ਤੁਹਾਡਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੇਡ ਆ ਅਤੇ ਉਹ ਪੇਡ ਫ੍ਰੀ ਵੀ ਹੈਗਾ। ਫ੍ਰੀ ਕਿਵੇਂ ਹੈਗਾ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦੱਸਾਂਗਾ। ਠੀਕ ਆ, ਹੁਣ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਤੁਹਾਡੇ ਲਈ ਜਿਹੜੀ ਇੰਪੋਰਟੈਂਟ ਇਹ ਆਪਣੀਆਂ ਪਲੇਲਿਸਟ ਬਣੀਆਂ ਹੋਈਆਂ ਨੇ ਸਾਰੀਆਂ ਫ੍ਰੀ ਕੰਟੈਂਟ ਦੀਆਂ। ਠੀਕ ਆ, ਇਹਦੇ ਵਿੱਚ ਕੋਈ ਵੀ ਕੰਟੈਂਟ ਇੱਦਾਂ ਦਾ ਨਹੀਂ ਗਾ ਜਿਹੜਾ ਕਿ ਤੁਸੀਂ ਕਹੋ ਕਿ ਹਾਂਜੀ ਮੈਂ ਤੁਹਾਨੂੰ ਮਤਲਬ ਕਿ ਪੇਡ ਦੇ ਵਿੱਚ ਦੇਤਾ ਅਤੇ ਫ੍ਰੀ ਦੇ ਵਿੱਚ ਨਹੀਂ ਦਿੱਤਾ, ਹੈ ਨਾ। ਹੁਣ ਦੇਖੋ, ਇੱਕ ਆਹ ਵਾਲੀ ਸੀਰੀਜ਼ ਮੇਰੀ ਕਰਵਾਈ ਹੋਈ ਆ ਤੁਹਾਡੀ। ਹੁਣ ਜਿਹੜੇ ਬੱਚੇ ਨਵੇਂ ਜੁੜੇ ਨੇ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਪਲੇਲਿਸਟ ਦੇ ਵਿੱਚ ਜਾਣਾ ਆਪਣੇ ਚੈਨਲ ਦੀ। ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤਾਂ ਲਗਾਉਣਾ ਸ਼ੁਰੂ ਕਰੋ ਐਂਸ਼ੀਅੰਟ ਹਿਸਟਰੀ। ਠੀਕ ਆ, ਐਂਸ਼ੀਅੰਟ ਹਿਸਟਰੀ ਦੇ ਦੇਖੋ, ਹੁਣ ਇਹਦੇ ਵਿੱਚ ਮੈਂ ਤੁਹਾਡੇ ਲਈ ਅਰਾ ਦੋ ਲੈਕਚਰ ਲਗਾਏ ਹੋਏ ਨੇ, ਹੈ ਨਾ, ਇੱਕ 30 ਮਿੰਟ ਦਾ, ਇੱਕ 31 ਮਿੰਟ ਦਾ। ਠੀਕ ਆ, ਤਾਂ ਇਹ ਦੋਨੇ ਤੁਸੀਂ ਕਰੋ, ਕਿਉਂਕਿ ਐਂਸ਼ੀਅੰਟ ਹਿਸਟਰੀ 'ਚੋਂ ਜ਼ਿਆਦਾ ਸਵਾਲ ਨਹੀਂ ਪੁੱਛੇ ਜਾਂਦੇਗੇ, ਤਾਂ ਤੁਸੀਂ ਇੰਪੋਰਟੈਂਟ ਇੰਪੋਰਟੈਂਟ ਇਹਦੇ 'ਚੋਂ ਕਰ ਲਓ ਅਤੇ ਇਹਦੀ PDF ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ। ਤਾਂ ਅੱਗੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣਾ ਟੈਲੀਗ੍ਰਾਮ ਚੈਨਲ ਆ ਜਿਹੜਾ ਉਹ ਵੀ ਇੱਕ ਵਾਰ ਤੁਹਾਨੂੰ ਮਤਲਬ ਕਿ ਤੁਹਾਨੂੰ ਉਹਦੇ ਵਿੱਚ ਵੀ ਦਿਖਾ ਦਾਂ ਕਿ ਇਹ ਫਾਈਲਾਂ ਕਿੱਥੇ ਪਏ, ਕਿਉਂਕਿ ਕੁਛ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਫਾਈਲਾਂ ਡਾਊਨਲੋਡ ਕਿੱਥੋਂ ਕਰਨੀਆਂ। ਠੀਕ ਆ, ਹੁਣ ਜੀ ਐਂਸ਼ੀਅੰਟ ਹਿਸਟਰੀ ਤੁਸੀਂ ਕਰ ਲਈ ਅਤੇ ਇੱਕ ਆਪਣੀ ਪਲੇਲਿਸਟ ਬਣੀ ਹੋਈ ਆ ਮੈਡੀਵਲ ਦੀ। ਠੀਕ ਆ, ਤਾਂ ਜੇਕਰ ਤੁਸੀਂ ਪੂਰੀ ਕੰਪਲੀਟ ਹਿਸਟਰੀ ਖੋਲ੍ਹ ਲਓਗੇ ਤਾਂ ਇਹਦੇ ਵਿੱਚ ਤੁਹਾਨੂੰ ਐਂਸ਼ੀਅੰਟ ਵੀ ਮਿਲ ਜਾਏਗੀ ਅਤੇ ਮੈਡੀਵਲ ਵੀ ਅਤੇ ਮਾਡਰਨ ਵੀ। ਠੀਕ ਆ, ਹੁਣ ਦੇਖੋ ਜੀ, ਦੋ ਐਂਸ਼ੀਅੰਟ ਦੀਆਂ ਨੇ ਆ ਮੈਡੀਵਲ ਹਿਸਟਰੀ। ਮੈਡੀਵਲ ਹਿਸਟਰੀ ਦੀਆਂ ਮੈਂ ਟੋਟਲ 4 ਕਲਾਸਾਂ ਮਤਲਬ ਬਣਾਈਆਂ ਸੀਗੀਆਂ ਉਸ ਟਾਈਮ ਦੇ ਉੱਤੇ, ਲਗਭਗ 1.5 ਸਾਲ ਪਹਿਲਾਂ ਦੀ ਗੱਲ ਆ, ਹੈ ਨਾ, 2022-23 ਦੇ ਵਿੱਚ। ਤਾਂ ਤੁਸੀਂ ਇਹ ਕਰ ਸਕਦੇ ਹੋ, ਸਿਰਫ ਤਾਂ ਸਿਰਫ ਇੰਪੋਰਟੈਂਟ ਆ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਕਰਵਾਈਆਂ ਗਈਆਂ ਨੇ ਅਤੇ PDF ਤੁਹਾਨੂੰ ਇਹਦੀ ਟੈਲੀਗ੍ਰਾਮ 'ਤੇ ਮਿਲ ਜਾਏਗੀ। ਹੁਣ ਦੇਖੋ ਜੀ, ਇਹਦੇ ਵਿੱਚ ਮਾਡਰਨ ਹਿਸਟਰੀ ਦੀਆਂ ਟੋਟਲ ਦੇਖ ਲਓ ਕਿੰਨੀਆਂ ਕਲਾਸਾਂ ਨੇ ਆਪਣੀਆਂ। ਤਾਂ ਮਾਡਰਨ ਹਿਸਟਰੀ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਕਰ ਸਕਦੇ ਹੋ, ਹੈ ਨਾ। ਤਾਂ ਦੇਖੋ, 17 ਕਲਾਸਾਂ ਟੋਟਲ ਮੈਂ ਤੁਹਾਨੂੰ ਮਾਡਰਨ ਹਿਸਟਰੀ ਦੀਆਂ ਕਰਵਾਈਆਂ ਨੇ, ਜਿਹਦੇ ਵਿੱਚ ਕਿ ਇੰਡੀਅਨ ਫਰੀਡਮ ਸਟਰਗਲ, ਜਿਹਦੇ 'ਚੋਂ ਕਿ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ ਪੰਜਾਬ ਦੇ ਪੇਪਰਾਂ ਦੇ ਵਿੱਚ ਵੀ। ਤਾਂ ਤੁਸੀਂ ਜ਼ਰੂਰ ਇਹਨੂੰ ਚੰਗੀ ਤਰ੍ਹਾਂ ਕਰਿਓ ਅਤੇ PDF ਤੋਂ ਰਿਵਾਈਜ਼ ਕਰਿਓ। ਹੁਣ 2 ਨੰਬਰ ਦੇ ਉੱਤੇ ਤੁਸੀਂ ਹੋਰ ਕਿਹੜੀ ਚੀਜ਼ ਆ ਜਿਹੜੀ ਕਿ ਫ੍ਰੀ ਦੇ ਵਿੱਚ ਤੁਹਾਨੂੰ ਸ਼ੁਰੂ ਕਰਨ, ਜਿਹੜੇ ਬੱਚੇ ਨਵੇਂ ਨੇ, ਹੈ ਨਾ, ਜਿਹੜੇ ਪਹਿਲਾਂ ਤੋਂ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਪਤਾ ਕਿ ਅਸੀਂ ਕੀ ਪੜ੍ਹਨਾ, ਕਿੱਥੋਂ ਪੜ੍ਹਨਾ, ਕਿਉਂਕਿ ਉਹ ਰਿਵੀਜ਼ਨ 'ਤੇ ਨੇ ਇਸ ਟਾਈਮ। ਪਰ ਕੁਛ ਬੱਚੇ ਇਹੋ ਜਿਹੇ ਨੇ ਜਿਹੜੇ ਕਿ 2024 'ਚ ਤਿਆਰੀ ਕਰਨ ਲੱਗੇ ਨੇ ਜਾਂ 2023 ਦੇ ਐਂਡ ਦੇ ਵਿੱਚ ਤਿਆਰੀ ਕਰ, ਉਹਨਾਂ ਲਈ ਮੈਂ ਕਹਿ ਰਿਹਾ ਕਿ ਜ਼ਿਆਦਾ ਤੁਹਾਨੂੰ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਪੜ੍ਹਨ ਦੀ ਲੋੜ ਨਹੀਂ ਹੁੰਦੀ, ਇੰਪੋਰਟੈਂਟ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੁੰਦਾ, ਹੈ ਨਾ। ਹੁਣ ਹੋ ਗਿਆ ਤੁਹਾਡਾ ਹਿਸਟਰੀ, ਹੈ ਨਾ। ਤਾਂ ਜੀ, ਪੋਲਿਟੀ ਇਸ਼ੂ ਬਹੁਤ ਹੀ ਚੰਗੀ ਤਰ੍ਹਾਂ ਮੈਂ ਕਰਵਾਇਆ ਹੋਇਆ, ਇਹਦੀਆਂ ਤੁਹਾਨੂੰ ਪਹਿਲੀਆਂ 4-5 ਕਲਾਸਾਂ ਇਕੱਲੀ ਪੰਜਾਬੀ 'ਚ ਦੇਖਣ ਨੂੰ ਮਿਲਣੀਆਂ, ਪਰ ਉਸ ਤੋਂ ਬਾਅਦ ਮੈਂ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਪ੍ਰੋਵਾਈਡ ਕਰਤਾ ਸੀਗਾ।
ਕੰਟੈਂਟ ਤੁਹਾਨੂੰ, ਅਤੇ ਕੰਟੈਂਟ ਤੁਹਾਨੂੰ ਸਾਰਾ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਮਿਲੇਗਾ, ਠੀਕ ਆ। ਕੋਈ ਵੀ ਕੰਟੈਂਟ ਆ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਮੈਂ ਤਿਆਰ ਕੀਤਾ ਕਿ ਜੇਕਰ ਕੋਈ ਬੱਚਾ ਇੰਗਲਿਸ਼ 'ਚ ਪੜ੍ਹਨਾ ਚਾਹੁੰਦਾ ਤਾਂ ਉਹਨੂੰ ਇੰਗਲਿਸ਼ 'ਚ ਵੀ ਪੜ੍ਹ ਸਕਦਾ, ਠੀਕ ਆ। ਪਰ ਇਹਦੀਆਂ ਯੂਟਿਊਬ ਦੀਆਂ ਪਹਿਲੀਆਂ 5 ਕਲਾਸਾਂ ਜਿਹੜੀਆਂ ਨੇ, ਹੈ ਨਾ, ਤਾਂ ਉਹ ਹੈਗੀਆਂ ਨੇ ਪੰਜਾਬੀ 'ਚ, ਕਿਉਂਕਿ ਪਹਿਲਾਂ ਸ਼ੁਰੂ ਮੈਂ ਪੰਜਾਬੀ 'ਚ ਕਰਦਾ ਸੀ। ਸੋ ਜੋ ਆਪਣੇ ਦੋਸਤ ਸੀ ਹੈ ਨਾ ਬੱਚੇ, ਤਾਂ ਉਹ ਕਹਿਣ ਲੱਗ ਗਏ ਕਿ ਨਾਲ ਦੀ ਨਾਲ ਇੰਗਲਿਸ਼ 'ਚ ਵੀ ਕਰੋ, ਤਾਂ ਮੈਂ 6ਵੀਂ ਕਲਾਸ ਤੋਂ ਇੰਗਲਿਸ਼ ਦੇ ਵਿੱਚ ਵੀ ਕਰਾਉਣਾ ਸ਼ੁਰੂ ਕਰਤਾ ਸੀ, ਠੀਕ ਆ। ਤਾਂ ਤੁਸੀਂ ਇੰਗਲਿਸ਼ ਦੇ ਵਿੱਚ PDF ਤੁਹਾਨੂੰ ਮਿਲ ਜਾਵੇਗਾ, ਤਾਂ ਇਹਦੇ ਵਿੱਚ ਵੀ ਬਹੁਤ ਡਿਟੇਲ ਦੇ ਵਿੱਚ ਮੈਂ ਕਰਵਾਈ ਹੋਈ ਆ। ਕੋਈ ਪੇਪਰ ਤੁਸੀਂ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਅਤੇ ਕੌਂਸਟੇਬਲ ਦਾ, ਸਬ ਇੰਸਪੈਕਟਰ ਦਾ ਜਿਹੜਾ ਪਿਛਲੇ ਸਾਲ ਪੇਪਰ ਹੋਇਆ ਸੀ ਜਾਂ ਉਸ ਤੋਂ ਪਿਛਲੇ ਸਾਲ, ਉਹਦੇ ਵਿੱਚ ਪੋਲਿਟੀ ਦੇ ਕੁਐਸਚਨ ਦੇਖ ਲਿਓ ਕਿ ਕਿੱਥੋਂ ਆਏ ਹੋਏ ਨੇ। ਤਾਂ ਜ਼ਿਆਦਾਤਰ ਕੁਐਸਚਨ ਤੁਸੀਂ ਜੇਕਰ 11-12 ਕੁਐਸਚਨ ਉਸ ਟਾਈਮ ਦੇ ਉੱਤੇ ਸਬ ਇੰਸਪੈਕਟਰ ਦੇ ਵਿੱਚ ਆ ਰਹੇ, ਤਾਂ ਉਹਦੇ ਵਿੱਚੋਂ 9-10 ਕੁਐਸਚਨ ਇਹਨਾਂ ਕਲਾਸਾਂ ਦੇ ਵਿੱਚੋਂ ਕਵਰ ਹੋ ਰਹੇ ਸੀ। ਤਾਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਕਰਵਾਈ ਹੋਈ ਪੋਲਿਟੀ ਆ, ਅਤੇ ਪੋਲਿਟੀ ਦੇ ਵਿੱਚ ਤੁਸੀਂ ਦੇਖਿਆ ਕਿ ਵਧੀਆ ਲੈਵਲ ਦੇ ਕੁਐਸਚਨ ਵੀ ਪੁੱਛੇ ਜਾਂਦੇ ਨੇ। ਚਾਹੇ PSSB ਦਾ ਇੱਕ ਜੇਲ੍ਹ ਵਾਰਡਨ ਦਾ ਐਗਜ਼ਾਮ ਹੋਇਆ ਸੀ 6 ਸ਼ਿਫਟਾਂ ਦੇ ਵਿੱਚ, ਉਹ 'ਚ ਪੋਲਿਟੀ ਦੇ ਕੁਐਸਚਨ ਦੇਖਿਓ ਕਿੰਨੇ ਵਧੀਆ ਵਧੀਆ ਉਹਨਾਂ ਨੇ ਪੁੱਛੇ ਹੋਏ ਨੇ ਹੈਗੇ। ਚਾਹੇ ਉਹ ਵਨਲਾਈਨਰ ਸੀ, ਪਰ ਬਹੁਤ ਵਧੀਆ ਕੁਐਸਚਨ ਪੁੱਛੇ ਹੋਏ ਸੀ ਜਿਹੜੇ ਕਿ ਤੁਹਾਨੂੰ ਜੇਕਰ ਤੁਸੀਂ ਥਿਊਰੀ ਕੀਤੀ ਹੋਈ ਆ ਤਾਂ ਹੀ ਤੁਹਾਡੇ ਸਮਝ ਦੇ ਵਿੱਚ ਆਊਗਾ, ਠੀਕ ਆ। ਤਾਂ ਇਹ ਵੀ ਫ੍ਰੀ ਆ, ਠੀਕ ਆ। ਇਹ ਮਾਈਂਡ ਦੇ ਵਿੱਚ ਬਿਲਕੁਲ ਵੀ ਇਹ ਧਾਰਨਾ ਨਾ ਰੱਖਿਓ ਕਿ ਕੋਈ ਚੀਜ਼ ਮੈਂ ਤੁਹਾਨੂੰ ਪੇਡ ਦੇ ਵਿੱਚ 100 ਰੁਪਏ ਦੀ ਦੇ ਰਿਹਾ, ਤਾਂ ਜਿਹੜੇ ਬੱਚੇ 100 ਰੁਪਇਆ ਵੀ ਨਹੀਂ ਪੇ ਕਰ ਸਕਦੇ ਕੀ ਉਹ ਮਤਲਬ ਉਹ ਕੰਟੈਂਟ ਨੂੰ ਨਹੀਂ ਪੜ੍ਹ ਸਕਦੇ। ਤਾਂ ਉਹਦੇ ਲਈ ਵੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ, ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਦੱਸਿਆ ਕਿ ਉਹ ਸਾਰੀਆਂ ਚੀਜ਼ਾਂ ਮੈਂ ਫ੍ਰੀ 'ਚ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਅਤੇ ਉਹ ਪ੍ਰੋਵਾਈਡ ਕਿੱਥੇ ਕਰ ਰਿਹਾ? ਯੂਟਿਊਬ ਦੇ ਉੱਤੇ। ਤਾਂ ਇਹ ਵਾਲੀ ਆਪਣੀ ਕਲਾਸ ਨੇ, ਠੀਕ ਆ ਜੀ, 21, 22, 23, 24, 25, 26 ਅਤੇ 27 28 ਨੰਬਰ ਕਲਾਸ ਦੇ ਉੱਤੇ ਆ ਕੇ ਇਹ ਤੁਹਾਡੀ ਮੁੱਕ ਜਾਏਗੀ। ਤਾਂ 28 ਕਲਾਸਾਂ ਟੋਟਲ ਪੋਲਿਟੀ ਦੀਆਂ ਤੁਸੀਂ ਕਰਦੀਆਂ ਨੇ, ਪਲੇਲਿਸਟ ਦੇ ਵਿੱਚ ਜਾ ਕੇ, ਅਤੇ ਇਹਦੀ PDF ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ, ਠੀਕ ਆ। ਬਹੁਤ ਵਧੀਆ ਕੰਟੈਂਟ ਆ, ਇੱਕ ਵਾਰ ਤੁਸੀਂ ਉਹਨੂੰ ਪੜ੍ਹੋਗੇ ਤਾਂ ਤੁਹਾਨੂੰ ਲੱਗੇਗਾ ਕਿ ਹਾਂ ਇਹ PDF ਤੁਹਾਡੇ ਨਾਲ ਗੱਲਾਂ ਕਰਦੀ ਹੈ, ਹੈ ਨਾ। ਕਿਉਂਕਿ ਮੋਸਟਲੀ ਤੁਸੀਂ ਦੇਖੋਗੇ ਲੂਸੈਂਟ ਦੀ ਬੁੱਕ ਤੁਸੀਂ ਲੈ ਲੈਂਦੇ ਹੋ, ਹੈ ਨਾ। ਮੈਂ ਇਹ ਸਾਰਿਆਂ ਨੂੰ ਕਹਿੰਦਾ ਕਿ ਲੂਸੈਂਟ ਦੀ ਬੁੱਕ ਜ਼ਰੂਰ ਰੱਖੋ ਜਾਂ ਰਿਹਾਂ ਦੀ ਬੁੱਕ, ਪਰ ਉਹਦੇ ਵਿੱਚ ਪੜ੍ਹਨਾ ਕਈ ਵਾਰ ਕੁਛ ਤਾਂ ਬਰੀਕ ਅੱਖਰ ਹੁੰਦੇ ਆ, ਕੁਛ ਥੋੜ੍ਹਾ ਜਿਹਾ ਬੱਚਿਆਂ ਨੂੰ ਇਹ ਹੁੰਦਾ ਕਿ ਥੋੜ੍ਹਾ ਜਿਹਾ ਸਾਨੂੰ ਸਿੰਪਲੀਫਾਈ ਸਾਡੀ ਭਾਸ਼ਾ 'ਚ ਪਤਾ ਹੋਵੇ। ਹਰੇਕ ਚੀਜ਼ ਨਹੀਂ, ਮੈਂ ਕਹਿੰਦਾ ਕਿ ਤੁਸੀਂ ਪੰਜਾਬੀ ਦੇ ਵਿੱਚ ਪੜ੍ਹਨੀਆਂ, ਪਰ ਕੁਛ ਚੀਜ਼ਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਥੋੜ੍ਹੀ ਦਿੱਕਤ ਦਿੰਦੀਆਂ ਨੇ, ਜਿਹੜੇ ਖਾਸ ਕਰ ਜਿਹੜੇ ਬੱਚੇ ਇੰਗਲਿਸ਼ ਸਕੂਲਾਂ ਦੇ ਵਿੱਚ ਨਹੀਂ ਪੜ੍ਹੇ, ਹੈ ਨਾ, ਜਿਨ੍ਹਾਂ ਨੂੰ ਥੋੜ੍ਹਾ ਬਹੁਤ ਇਹ ਹੁੰਦਾ ਕਿ ਮੈਂ ਆਪਣੀ ਜੋ ਮੇਰੀ ਭਾਸ਼ਾ ਵਾ ਮੈਨੂੰ ਉਹਦੇ ਵਿੱਚ ਕੋਈ ਸਮਝਾਵੇ ਜਾਂ ਮੈਨੂੰ ਪੜ੍ਹਨ ਨੂੰ ਕੰਟੈਂਟ ਉਹ ਜਿਹਾ ਮਿਲੇ, ਜਿਹੜਾ ਕਿ ਤੁਹਾਨੂੰ ਵਧੀਆ ਕੰਟੈਂਟ ਕਈ ਵਾਰ ਨਹੀਂ ਮਿਲਦਾ ਪੰਜਾਬੀ 'ਚ, ਕਿਉਂਕਿ ਜ਼ਿਆਦਾਤਰ ਸੋਰਸ ਹਿੰਦੀ 'ਚ ਹੁੰਦੇ ਆ ਜਾਂ ਇੰਗਲਿਸ਼ 'ਚ ਹੁੰਦੇ ਆ। ਤਾਂ ਮੇਰੀ ਪੂਰੀ ਕੋਸ਼ਿਸ਼ ਆ ਕਿ ਇਹਦੇ ਵਿੱਚ ਵਧੀਆ ਪੰਜਾਬੀ ਦੇ ਵਰਡ ਇਹਦੇ ਵਿੱਚ ਐਡ ਕੀਤੇ ਨੇ, ਤਾਂ ਤੁਸੀਂ ਬਹੁਤ ਹੀ ਈਜ਼ੀਲੀ ਤੁਸੀਂ ਇਹਨੂੰ ਪੜ੍ਹ ਕੇ ਆਪਦੇ ਪੇਪਰ ਦੇ ਵਿੱਚ ਮਾਰਕਸ, ਕਿਉਂਕਿ ਐਟ ਦੀ ਐਂਡ ਜੇਕਰ ਕੋਈ ਬੱਚਾ ਇੰਗਲਿਸ਼ 'ਚ ਪੜ੍ਹ ਰਿਹਾ ਤਾਂ ਉਹਨੇ ਵੀ ਇੱਕ ਕੁਐਸਚਨ ਦਾ ਇੱਕ ਨੰਬਰ ਮਿਲਣਾ, ਜਿਹੜਾ ਬੱਚਾ ਪੰਜਾਬੀ 'ਚ ਪੜ੍ਹ ਰਿਹਾ ਉਹਨੂੰ ਵੀ ਇੱਕ 'ਚ ਇੱਕ ਮਿਲਣਾ, ਹੈ ਨਾ। ਮੇਨ ਚੀਜ਼ ਇਹ ਵਾ ਵੀ ਜੇਕਰ ਤੁਹਾਨੂੰ ਕੋਈ ਵੀ ਚੀਜ਼ ਸਮਝ ਆ ਰਹੀ ਹੈ, ਹੈ ਨਾ, ਤੁਹਾਨੂੰ ਕਹਿ ਰਹੇ ਨੇ ਕਿ ਹਾਂਜੀ ਇਹਦੇ ਵਿੱਚ ਤੁਸੀਂ ਮਤਲਬ ਕਿ ਪੰਜਾਬੀ ਦੇ ਵਿੱਚ ਪੜ੍ਹ ਲਿਆ, ਹੈ ਨਾ, ਕੋਈ ਚੀਜ਼, ਤਾਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕੋਈ ਕਿ ਜੇ ਇੰਗਲਿਸ਼ ਵਾਲੇ ਨੇ ਉਹਦੇ ਵਿੱਚ ਵੱਧ ਪੜ੍ਹ ਲਿਆ, ਠੀਕ ਆ। ਤਾਂ ਮੇਨ ਇਹੀ ਆ ਕਿ ਤੁਸੀਂ ਚਾਹੇ ਪੰਜਾਬੀ 'ਚ ਪੜ੍ਹੋ, ਇੰਗਲਿਸ਼ 'ਚ ਪੜ੍ਹੋ, ਚਾਹੇ ਬਾਇਲੈਂਗੁਅਲ ਪੜ੍ਹੋ, ਮੇਨ ਤੁਹਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਟੋਪਿਕ ਦੇ ਤੁਹਾਡੇ ਕੰਸੈਪਟ ਕਲੀਅਰ ਹੋਣੇ ਚਾਹੀਦੇ ਨੇ, ਹੈ ਨਾ। ਤਾਂ ਇਹ ਹੋ ਗਿਆ ਜੀ ਸਾਡਾ ਅਗਲਾ। ਹੁਣ ਨੈਕਸਟ ਆਪਾਂ ਸਬਜੈਕਟ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗਾ ਕਿ ਤੁਸੀਂ ਇੱਕ, ਮੈਂ ਪੰਜਾਬ GK ਕਰਵਾਈ ਹੋਈ ਆ, ਤਾਂ ਪੰਜਾਬ ਹਿਸਟਰੀ ਐਂਡ ਕਲਚਰ ਦੀਆਂ ਕਲਾਸਾਂ ਵੀ ਕਰਵਾਏ, ਪਰ ਇਹ ਸਿਰਫ ਅਤੇ ਸਿਰਫ ਪੰਜਾਬੀ 'ਚ ਆ, ਕਿਉਂਕਿ ਇਹ ਮੈਂ ਪੰਜਾਬੀ 'ਚ ਹੀ ਕੰਟੈਂਟ ਤਿਆਰ ਕੀਤਾ। ਇਹਦਾ ਜ਼ਿਆਦਾਤਰ ਕੰਟੈਂਟ ਤੁਹਾਨੂੰ ਸਾਡਾ ਪੰਜਾਬ ਵਾਲਾ ਦੇਖਣ ਨੂੰ ਮਿਲੇਗਾ, ਚਾਹੇ ਤੁਸੀਂ ਸਾਡਾ ਪੰਜਾਬ ਪੜ੍ਹ ਲਓ, ਚਾਹੇ ਇਹ ਪੜ੍ਹ ਲਓ, ਤਾਂ ਇਹਦੇ ਵਿੱਚੋਂ ਤੁਹਾਨੂੰ, ਪਰ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਕੁਐਸਚਨ ਨੇ, ਹੈ ਨਾ, ਤੁਸੀਂ ਸਾਰਿਆਂ ਨੇ ਦੇਖੇ ਹੋਣਗੇ ਕਿ ਪੰਜਾਬ GK ਦੇ ਵਿੱਚ ਥੋੜ੍ਹੇ ਵਧੀਆ ਲੈਵਲ ਦੇ ਕੁਐਸਚਨ ਆਉਂਦੇ ਨੇ,
ਜਿਹੜੇ ਕਿ ਮੈਂ ਕੋਸ਼ਿਸ਼ ਕਰਦਾ ਵਾਂ ਕਿ ਕਈ ਵਾਰ ਐਮ ਸੀ ਕਿਊ ਦੇ ਵਿੱਚ ਤੁਹਾਨੂੰ ਕਰਵਾ ਦਿੰਦਾ ਵਾਂ, ਪਰ ਇਹ ਥਿਊਰੀ ਕਰਨੀ ਬਹੁਤ ਜ਼ਰੂਰੀ ਆ। ਜੇਕਰ 20 ਨੰਬਰ ਦੀ ਪੰਜਾਬ GK ਆ ਰਹੀ ਆ ਤਾਂ 12-13 ਕੁਸ਼ਚਨ, 11-12 ਕੁਸ਼ਚਨ ਤੁਹਾਨੂੰ ਇਹ PDF ਦੇ ਵਿੱਚੋਂ ਦੇਖਣ ਨੂੰ ਆਰਾਮ ਨਾਲ ਮਿਲਣਗੇ। ਪਹਿਲਾਂ ਤਾਂ ਇਸ ਤੋਂ ਵੱਧ ਵੀ ਕਵਰ ਹੋ ਜਾਂਦੇ ਸੀਗੇ ਜਿਹੜੇ 2022-23 ਦੇ ਵਿੱਚ ਐਗਜ਼ਾਮ ਹੋਏ ਸੀ, ਪਰ 2024-23 ਦੇ ਵਿੱਚ ਜਿਹੜੇ ਐਗਜ਼ਾਮ 2-3 ਹੋਏ ਸੀ ਲਾਸਟ, ਉਹਦੇ ਵਿੱਚੋਂ ਇਹਨਾਂ ਕਲਾਸਾਂ 'ਚੋਂ ਚਾਹੇ ਸਾਡਾ ਪੰਜਾਬ ਬੁੱਕ ਚੱਕ ਲਓ ਚਾਹੇ ਇਹ ਚੱਕ ਲਓ, ਇਹ 'ਚੋਂ ਸਿਰਫ 10-12 ਕੁਸ਼ਚਨ ਹੀ ਕਵਰ ਹੋ ਰਹੇ ਸੀ, ਕਿਉਂਕਿ ਬਹੁਤ ਸਾਰੇ ਕੁਸ਼ਚਨ ਕਿੱਥੋਂ ਆ ਰਹੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚੋਂ ਚੱਕ ਰਹੇ ਨੇ, ਅਤੇ ਕੁਛ ਕੁਸ਼ਚਨ ਉਹ ਰੈਂਡਮਲੀ ਵੀ ਪਾ ਰਹੇ ਨੇ। ਮਤਲਬ ਤੁਹਾਡੀ ਜਰਨਲ ਨੌਲੇਜ ਪੰਜਾਬ GK ਨੂੰ ਲੈ ਕੇ ਕੀ ਆ, ਹੈ ਨਾ, ਤੁਹਾਨੂੰ ਕਿੰਨਾ ਕੁ ਪੰਜਾਬ ਬਾਰੇ ਪਤਾ ਵਾ, ਉਹ ਇਸ ਤਰ੍ਹਾਂ ਦੇ ਕੁਸ਼ਚਨ ਵੀ ਪੁੱਛ ਰਹੇ ਨੇ ਤੁਹਾਨੂੰ ਜਿਹੜੇ ਕਿ ਕਿਸੇ ਕਿਤਾਬ 'ਚ ਨਹੀਂ ਮਿਲਣਗੇ। ਪਰ ਫਿਰ ਵੀ 20 ਦੇ ਵਿੱਚੋਂ ਤੁਹਾਨੂੰ 14-15 ਕੁਸ਼ਚਨ ਇਹੋ ਜਿਹੇ ਦੇਖਣ ਨੂੰ ਮਿਲਣਗੇ ਕਿ ਜੇਕਰ ਤੁਸੀਂ ਇਹ ਵਾਲੇ ਕੰਟੈਂਟ ਨੂੰ ਚੰਗੀ ਤਰ੍ਹਾਂ ਪੜ੍ਹਿਆ ਵਾ ਤਾਂ ਆਰਾਮ ਨਾਲ ਤੁਸੀਂ 14-15 ਨੰਬਰ ਇਹਦੇ ਵਿੱਚੋਂ 20 ਦੇ ਵਿੱਚੋਂ ਲੈ ਸਕਦੇ ਹੋ। ਠੀਕ ਹੈ, ਪੂਰੇ ਬਟਾ ਪੂਰੇ ਮੈਂ ਹਮੇਸ਼ਾ ਕਹਿੰਦਾ ਕਿ GK ਪੰਜਾਬ GK ਦੇ ਵਿੱਚੋਂ ਤੁਸੀਂ ਨਹੀਂ ਲੈ ਸਕਦੇ ਕਰੰਟ ਅਫੇਅਰ ਤੋਂ, ਪਰ ਤੁਸੀਂ ਵੱਧ ਤੋਂ ਵੱਧ ਸਕੋਰ ਕਰਨਾ ਜ਼ਰੂਰੀ ਵੀ ਆ, ਛੱਡ ਵੀ ਨਹੀਂ ਸਕਦੇ ਤੁਸੀਂ, ਜ਼ਿਆਦਾ ਘੱਟ ਵੀ ਨਹੀਂ ਕਰਨਾ ਗਾ, ਹੈ ਨਾ। ਤਾਂ ਇਹ ਚੀਜ਼ ਆ, ਠੀਕ ਆ। ਤਾਂ ਇਹਦੀਆਂ ਕਲਾਸਾਂ ਟੋਟਲ ਕਿੰਨੀਆਂ ਨੇ, ਇਹਦੀਆਂ ਕਲਾਸਾਂ ਸਾਡੀਆਂ ਹੈਗੀਆਂ 22 ਕਲਾਸਾਂ। ਇਹ ਤੁਸੀਂ ਇਹ ਕਰ ਲਓ, ਇਹਦੀ PDF ਵੀ ਤੁਹਾਨੂੰ ਮਿਲ ਜਾਏਗੀ, ਇਹ 'ਚ ਕੁਛ MCQ ਵੀ ਕਰਵਾਏ ਹੋਏ ਨੇ, ਤਾਂ ਤੁਸੀਂ ਇਹ ਕਰਨਾ। ਹੁਣ ਅਗਲਾ ਨੈਕਸਟ ਸਵਾਲ ਆਉਂਦਾ ਵਾ ਕਿ ਹਾਂਜੀ ਇਹ ਤਾਂ ਅਸੀਂ ਕਰ ਲਿਆ, ਟੋਟਲ ਇਹ 3 ਇੰਪੋਰਟੈਂਟ ਚੀਜ਼ਾਂ ਮੈਂ ਕਰਾਂਗਾ। ਇੱਕ ਨਾ ਸਟੈਟਿਕ GK ਦੀਆਂ ਮੈਂ ਕੁਛ ਕਲਾਸਾਂ ਲਗਾਈਆਂ ਸੀਗੀਆਂ ਥਿਊਰੀ ਦੇ ਵਿੱਚ, ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਇੱਕ ਵਾਰੀ। ਤਾਂ ਆ ਰਿਹਾ ਜੀ ਸਟੈਟਿਕ GK ਦਾ ਕੋਰਸ। ਸਟੈਟਿਕ GK ਦੇ ਵਿੱਚ ਸਿਰਫ ਸਟੈਟਿਕ ਪੜ੍ਹਿਓ, ਕਿਉਂਕਿ ਇਹਦੇ ਵਿੱਚ ਮੈਂ ਕੁਛ ਚੀਜ਼ਾਂ ਇਹੋ ਜਿਹੀਆਂ ਨੇ ਜਿਹਦੇ ਵਿੱਚ ਕਿ ਮਤਲਬ ਕਿ ਥੋੜ੍ਹੇ ਕਰੰਟ ਵੀ ਐਡ ਕਰਾਏ ਸੀ, ਕਰੰਟ ਨੂੰ ਇਗਨੋਰ ਮਾਰਿਓ ਅਤੇ ਸਟੈਟਿਕ ਕਰਿਓ, ਅਤੇ ਜੀ PDF ਵੀ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਟੈਲੀਗ੍ਰਾਮ ਚੈਨਲ 'ਤੇ ਆਪਣੇ 'ਤੇ ਮਿਲ ਜਾਏਗੀ। ਹੁਣ ਇਹ 'ਚ ਮੈਂ ਸਿਨੇਮਾ ਤੁਹਾਨੂੰ ਕਰਾਇਆ, ਸਿਨੇਮਾ ਦਾ ਸਟੈਟਿਕ ਫੈਕਟ ਇਹ 'ਚੋਂ ਕਰ ਦਿਓ। ਬਹੁਤ ਕੁਸ਼ਚਨ 2022-23 ਦੇ ਵਿੱਚ ਇਹ ਕਲਾਸਾਂ ਦੇ ਵਿੱਚੋਂ ਮਿਲੇ ਬਣੇ ਸੀਗੇ, ਓਲੰਪਿਕਸ ਜਿੱਦਾਂ ਹੋ ਗਿਆ, ਸਪੋਰਟਸ ਹੋ ਗਿਆ, ਸਿਨੇਮਾ ਹੋ ਗਿਆ, ਇਹਦੇ ਵਿੱਚ ਮੈਂ ਤੁਹਾਨੂੰ ਕਰਵਾਏ ਹੋਏ ਨੇ, ਤਾਂ ਤੁਸੀਂ ਜ਼ਰੂਰ ਕਰਿਓ। ਤਾਂ ਇਹ ਜ਼ਿਆਦਾ ਡਿਟੇਲ ਦੇ ਵਿੱਚ ਨਾ ਕਰਨ ਦੀ ਤੁਹਾਨੂੰ ਲੋੜ ਨਹੀਂ, ਪਰ ਇਹਦੇ ਨਾਲੋਂ ਜ਼ਿਆਦਾ, ਕਿਉਂਕਿ ਇਹ ਜ਼ਿਆਦਾ ਬਹੁਤ ਜ਼ਿਆਦਾ ਮੈਂ ਯੂਜ਼ਫੁੱਲ ਤੁਹਾਡੇ ਲਈ ਸੀਰੀਜ਼ ਨਹੀਂ ਹੈ। ਇੱਕ ਸਪੋਰਟਸ ਕਰ ਲਿਓ ਇਹਦੇ 'ਚੋਂ, ਇੱਕ ਨਾਲ ਕਰ ਲਿਓ ਸਿਨੇਮਾ, ਸਿਰਫ ਸਟੈਟਿਕ ਫੈਕਟ। ਤਾਂ ਅਦਰਵਾਈਜ਼ ਤੁਸੀਂ ਲੂਸੈਂਟ ਜਾਂ ਅਰਿਹਨ ਦੇ ਵਿੱਚ ਜਿਹੜੀਆਂ ਪਿੱਛੇ ਦਿੱਤਾ ਹੁੰਦਾ, ਹੈ ਨਾ, ਸਟੈਟਿਕ GK ਦਾ ਪੋਰਸ਼ਨ, ਉਹ ਜ਼ਰੂਰ ਕਰ ਲਿਓ। ਠੀਕ ਆ, ਅੱਗੇ ਆਪਾਂ ਚੱਲਦੇ ਹਾਂ, ਹੋਰ ਕਿਹੜਾ ਕੰਟੈਂਟ ਆ ਜੀ ਆਪਣਾ। ਹੁਣ ਨੈਕਸਟ ਕੰਟੈਂਟ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਕਰੰਟ ਅਫੇਅਰਸ ਜ਼ਰੂਰ ਕਰਦੇ ਹਾਂ। ਹੁਣ ਆਹ 2024 ਦੀ ਵੀਡੀਓ ਆ, ਆ ਪਈ ਆ, ਵੀਡੀਓ ਤੋਂ ਕਰ ਲਓ ਚਾਹੇ ਇਹਦੀ PDF ਤੋਂ ਕਰ ਲਓ। PDF ਵੀ ਟੈਲੀਗ੍ਰਾਮ ਚੈਨਲ ਦੇ ਉੱਤੇ ਮੈਂ ਅਪਲੋਡ ਕੀਤੀ ਹੋਈ ਆ, ਫਰੀ ਆਫ ਕੋਸਟ ਆ। ਠੀਕ ਆ ਜੀ, ਹੁਣ 2023 ਦੇ ਕੁਛ ਕਰੰਟ ਅਫੇਅਰ ਮੈਂ ਕਰਾਇਆ ਸੀ, ਪਰ 2023 ਦੇ ਵਿੱਚ ਜ਼ਿਆਦਾ ਮੈਂ ਨਹੀਂ ਕਰਵਾ ਸਕਿਆ ਸੀ, ਕਿਉਂਕਿ 2023 ਦੇ ਵਿੱਚ ਮੇਰੀ ਜੁਆਇਨਿੰਗ ਹੋ ਗਈ ਸੀਗੀ, ਇਸ ਟਾਈਮ ਮੈਂ ਗੌਰਮੈਂਟ ਜੋਬ ਕਰ ਰਿਹਾ ਵਾਂ, ਤਾਂ 2023 'ਚ ਮੇਰੀ ਜੁਆਇਨਿੰਗ ਹੋ ਗਈ ਸੀ, ਜਿਸ ਕਰਕੇ ਮੈਂ ਕੰਟੈਂਟ ਤਿਆਰ ਨਹੀਂ ਕਰਿਆ। ਪਰ ਮੈਂ 2024 ਤੋਂ ਫਿਰ ਵੀ ਕੁਛ ਮਤਲਬ ਕਿ ਆਪਦਾ ਸਮੇਂ 'ਚੋਂ ਸਮਾਂ ਕੱਢ ਕੇ ਤੁਹਾਡੇ ਲਈ 2024 ਦੇ ਲਈ ਕਰੰਟ ਅਫੇਅਰ ਰੈਗੂਲਰ ਕਰ ਰਿਹਾ, ਚਾਹੇ 15-20 ਮਹੀਨਾ ਲੇਟ ਆਉਂਦੀ ਆ ਕਲਾਸ, ਪਰ ਮੈਂ ਤੁਹਾਨੂੰ ਕਰੰਟ ਅਫੇਅਰਸ ਫਿਰ ਵੀ ਰੈਗੂਲਰ ਪ੍ਰੋਵਾਈਡ ਕਰ ਰਿਹਾ, ਕਿਉਂਕਿ ਕਰੰਟ ਅਫੇਅਰ ਦੇ ਵਿੱਚੋਂ 2022 ਤੋਂ ਲੈ ਕੇ 2023 ਤੱਕ ਜਿੰਨੇ ਵੀ ਪੇਪਰ ਹੋਏ ਨੇ 2 ਸਾਲਾਂ ਦੇ ਵਿੱਚ, ਤੁਸੀਂ ਦੇਖੋਗੇ ਕਿ ਆਪਣੇ ਕੰਟੈਂਟ ਦੇ ਵਿੱਚੋਂ ਬਹੁਤ ਜ਼ਿਆਦਾ ਕੁਸ਼ਚਨ ਆ ਰਹੇ ਸੀ। ਤਾਂ ਮੈਂ ਨਹੀਂ ਸੀ ਚਾਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਜਗ੍ਹਾ ਤੋਂ ਸੋਰਸਸ ਨੂੰ ਫੋਲੋ ਕਰੋ, ਜੇਕਰ ਕੋਈ ਚੀਜ਼ ਮੈਂ ਤੁਹਾਨੂੰ ਪ੍ਰੋਮਿਸ ਕੀਤੀ ਆ ਤਾਂ ਔਖਾ ਸੌਖਾ ਤੁਹਾਡੇ ਲਈ ਉਹ ਪ੍ਰੋਵਾਈਡ ਕਰਾਂ, ਅਤੇ ਬੱਚਿਆਂ ਨੂੰ ਉਹਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਵੀ ਆ 2022-23 ਦੇ ਜਿੰਨੇ ਵੀ ਪੇਪਰ ਹੋਏ ਨੇ, ਹੈ ਨਾ। ਤਾਂ ਨੈਕਸਟ ਆ ਗਿਆ ਜੀ ਸਾਡੇ ਕੋਲ, ਇਹ ਸੀਗੇ ਜੀ ਅੱਜ ਦੇ ਆਪਣੇ ਇਹ। ਹੁਣ ਪੇਡ ਕੰਟੈਂਟ 'ਤੇ ਚੱਲਦੇ ਆਪਾਂ ਕਿ ਪੇਡ ਕੰਟੈਂਟ ਕਿਹੜਾ ਵਾ ਜਿਹੜਾ ਕਿ ਤੁਹਾਨੂੰ ਪੇਡ 'ਚ ਮਿਲਿਆ ਹੋਇਆ ਤਾਂ ਤੁਸੀਂ ਰੀਚ। ਹੁਣ ਆ GK ਦੇ 500 ਕੁਸ਼ਚਨ ਮੈਂ ਤੁਹਾਨੂੰ ਅਲੱਗ ਤੋਂ, ਇਹ MCQ ਕੁਸ਼ਚਨ ਨੇ, ਇਹਦੇ ਲਈ ਮੈਂ ਤੁਹਾਨੂੰ 1000 ਪਲੱਸ ਪੰਜਾਬ GK ਦੇ PYQ MCQ ਦੀ ਤੁਸੀਂ ਸੀਰੀਜ਼ ਫੋਲੋ ਕਰੋ। ਇਹ 'ਚ PPSC ਦੇ ਕੁਸ਼ਚਨ ਵੀ ਨੇ,
PSSSB ਦੇ ਜਿਹੜੇ 2021 'ਚ ਜਿੰਨੇ ਵੀ ਪੇਪਰ ਹੋਏ ਸੀ ਮੈਂ ਇਹਦੇ ਵਿੱਚ ਸਾਰੇ ਕਰਵਾਏ ਹੋਏ ਨੇ ਤੁਹਾਨੂੰ ਸਿਰਫ GK GK। ਤਾਂ ਇਹ ਜ਼ਰੂਰ ਕਰਿਓ, ਤੁਹਾਨੂੰ ਪੇਪਰ ਦੀ ਮਤਲਬ ਕਿ ਲੈਵਲ ਦਾ ਪਤਾ ਲੱਗੇਗਾ। ਜੇਕਰ ਤੁਸੀਂ ਆਪ ਨਹੀਂ ਹੱਲ ਕੀਤੇ ਤਾਂ ਤੁਸੀਂ ਇਹਦੇ ਵਿੱਚ ਕਰਿਓ, ਕਿਉਂਕਿ ਇਹ 'ਚ ਮੈਂ ਐਡੀਸ਼ਨਲ ਫੈਕਟ ਵੀ ਦਿੱਤੇ ਹੋਏ ਨੇ। ਤਾਂ ਟੋਟਲ 15 ਕਲਾਸਾਂ ਇਹ ਕਰਵਾਈਆਂ ਹੋਈਆਂ, ਅਤੇ ਇਹਦੇ ਵਿੱਚ ਪੰਜਾਬ GK ਆ ਜਿਹੜੀ, ਹੈ ਨਾ, ਪੰਜਾਬ GK ਆ, ਉਹ ਵੀ ਮੈਂ ਤੁਹਾਨੂੰ ਕਾਫੀ ਹੱਦ ਤੱਕ ਫੋਲੋ ਕਰਵਾਈ ਹੋਈ ਆ, ਤਾਂ ਇਹ ਤੁਸੀਂ ਜ਼ਰੂਰ ਕਰ ਲਿਓ। ਇਹ ਸੀਗੇ ਜੀ ਅੱਜ ਦੇ ਆਪਣੇ ਕੁਐਸਚਨ, ਅਤੇ ਨੈਕਸਟ ਆਪਾਂ ਚੱਲਦੇ ਹਾਂ ਹੁਣ ਪੇਡ ਕੰਟੈਂਟ 'ਤੇ। ਪੇਡ ਕੰਟੈਂਟ ਦੇ ਵਿੱਚ ਇੱਕ ਨਾ ਸਟੈਟਿਕ GK ਦੀ ਸੀਰੀਜ਼ ਮੈਂ ਲਾਂਚ ਕੀਤੀ ਸੀਗੀ, ਤਾਂ ਉਹ ਪੇਡ ਦੇ ਵਿੱਚ ਲਾਂਚ ਕੀਤੀ ਸੀ, ਹੈ ਨਾ। ਤਾਂ ਕੁਛ ਬੱਚਿਆਂ ਨੂੰ ਇਹ ਸੀ ਕਿ ਪੇਡ ਦੇ ਵਿੱਚ ਨਹੀਂ ਪਰਚੇਜ਼ ਕਰ ਪਾਏ ਸੀ, ਤਾਂ ਉਹਨਾਂ ਲਈ ਮੈਂ ਕਹਾਂਗਾ ਕਿ ਇਹ ਸਾਰੀਆਂ ਪੇਡ ਦੇ ਵਿੱਚ ਜਿਹੜੀ ਸੀਰੀਜ਼ ਸੀ, ਇਹਦੇ ਵਿੱਚ ਟੋਟਲ 300 ਕੁਐਸਚਨ ਸੀ, ਇਹ ਮੈਂ ਫ੍ਰੀ ਆਫ ਕੋਸਟ ਤੁਹਾਨੂੰ ਕਰਵਾਏ ਹੋਏ ਨੇ, ਜਿਹੜੇ ਜ਼ਿਆਦਾਤਰ ਪੁੱਛੇ ਜਾਂਦੇ ਨੇ। ਜਿੱਦਾਂ ਤੁਸੀਂ ਲਗਾ ਲਓ ਫਸਟ ਇਨ ਇੰਡੀਆ ਸਪੋਰਟਸ ਹੋ ਗਿਆ, ਹੈ ਨਾ, ਇੰਡੀਅਨ ਇਕਨੋਮਿਕਸ ਹੋ ਗਿਆ, ਬੁੱਕਸ ਐਂਡ ਆਦਰ ਹੋ ਗਿਆ, ਸਿਨੇਮਾ ਐਂਡ ਅਵਾਰਡਸ ਹੋ ਗਿਆ, ਅਵਾਰਡ ਐਂਡ ਓਨਰ ਆ ਗਿਆ, ਹੈ ਨਾ, ਪੋਲਿਟੀ ਲੋਕਲ ਗੌਰਮੈਂਟ, ਹੈ ਨਾ, ਦੇ ਵਿੱਚੋਂ ਕੁਐਸਚਨ ਆਉਂਦੇ ਨੇ, ਹੈ ਨਾ, ਪੋਲਿਟੀ ਜਾਂ ਲੋਕਲ ਗੌਰਮੈਂਟ ਦੇ ਵਿੱਚੋਂ, ਸਾਇੰਸ ਐਂਡ ਟੈਕ ਹੋ ਗਏ, ਇੰਡੀਅਨ ਜੋਗ੍ਰਾਫੀ, ਇੰਡੀਅਨ ਹਿਸਟਰੀ, ਇਨਵਾਇਰਮੈਂਟ ਸਾਇੰਸ, ਅਤੇ ਆਹ ਮਿਸਕਲੇਨੀਅਸ ਜਿਹੜੇ ਕੁਛ ਕੁਐਸਚਨ ਹੁੰਦੇ ਨੇ ਉਹ ਆਪਾਂ ਐਡ ਕੀਤੇ ਨੇ। ਤਾਂ ਟੋਟਲ 15 ਕਲਾਸਾਂ ਨੇ, ਇਹ ਤੁਸੀਂ 300 ਕੁਐਸਚਨ ਕਰ ਲਿਆ। ਹੁਣ ਇਹਦੀ ਜੇਕਰ ਤੁਸੀਂ PDF ਪਰਚੇਜ਼ ਕਰਨੀ ਆ, ਤਾਂ ਮੈਂ ਤੁਹਾਨੂੰ ਕਹਾਂਗਾ ਇਸ ਟਾਈਮ 80 ਰੁਪਏ ਦਾ ਪ੍ਰਾਈਜ਼ ਆ PDF ਦਾ, 8386608, ਠੀਕ ਆ, ਤਾਂ ਨੋਟ ਕਰ ਲਿਓ ਜੀ। ਅਤੇ PDF ਦਾ ਮੈਂ ਕਹਿ ਰਿਹਾ, ਸਿਰਫ ਅਤੇ ਸਿਰਫ PDF ਦਾ, ਜਿਨ੍ਹਾਂ ਨੇ ਨਹੀਂ ਪਰਚੇਜ਼ ਕੀਤੀ ਜਾਂ ਪਰਚੇਜ਼ ਕਰਨਾ ਚਾਹੁੰਦੇ ਨੇ, ਜੇਕਰ ਤੁਸੀਂ ਇਹਦੇ ਤੋਂ ਨੋਟਸ ਬਣਾਉਣਾ, ਕਿਉਂਕਿ ਇਹਦੇ 'ਚ ਡਿਟੇਲ ਐਕਸਪਲੇਨੇਸ਼ਨ ਵੀ ਆ, ਤਾਂ ਸਿਰਫ ਅਤੇ ਸਿਰਫ 80 ਰੁਪਏ ਦੀ ਇਸ ਟਾਈਮ ਤੁਹਾਨੂੰ ਇਹ ਸੀਰੀਜ਼ ਮਿਲੇਗੀ, ਠੀਕ ਆ। ਤਾਂ ਪਹਿਲਾਂ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਕਿ ਪਹਿਲਾਂ 120 ਦੀ ਸੀ ਜਾਂ 150 ਦੀ ਸੀ, ਇਸ ਟਾਈਮ ਦੇ ਉੱਤੇ 80 ਰੁਪਏ ਦੀ ਤੁਹਾਡੇ ਲਈ ਡਿਸਕਾਊਂਟ ਆਫਰ ਆ, ਅਤੇ ਇਹਨੂੰ ਜ਼ਰੂਰ ਕਰਿਓ। ਸਟੈਟਿਕ ਦੇ ਵਿੱਚ ਬਹੁਤ ਵਧੀਆ ਫੈਕਟ, ਬਹੁਤ ਮਿਹਨਤ ਨਾਲ ਮੈਂ ਇਹਦੇ ਵਿੱਚ 1.5-2 ਮਹੀਨਾ ਲਾ ਕੇ ਇਹਨੂੰ ਤਿਆਰ ਕੀਤਾ ਸੀਗਾ, ਅਤੇ ਬਹੁਤ ਮਿਹਨਤ ਮੇਰੀ ਲੱਗੀ ਆ, ਕਿਉਂਕਿ ਇਹਦੇ ਲਈ ਮੈਂ ਕਾਫੀ ਸਾਰੀ ਰਿਸਰਚ ਕੀਤੀ ਸੀ ਕਿ ਕਿਹੜੇ ਕਿਹੜੇ ਕੁਐਸਚਨ, ਕਿਉਂਕਿ ਇਹ 'ਚ ਸਿਰਫ ਸਿਰਫ ਮੇਨ ਕੁਐਸਚਨ ਆ, ਸਿਰਫ ਅਤੇ ਸਿਰਫ ਪ੍ਰੈਕਟਿਸ ਲਈ। ਇਹਦੇ ਵਿੱਚ ਮੈਂ ਤੁਹਾਨੂੂੰ ਇਹ ਨਹੀਂ ਕਹਿ ਕਹਾਂਗਾ ਕਿ ਜੇਕਰ ਤੁਸੀਂ 300 ਕੁਐਸਚਨ ਲਾ ਲਿਆ ਤਾਂ ਹੋਰ ਕੁਛ ਕਰਨ ਦੀ ਲੋੜ ਨਹੀਂ। ਮੈਂ ਸਿਰਫ ਪ੍ਰੈਕਟਿਸ ਕਹਿ ਰਿਹਾ ਕਿ ਕੀ ਤੁਸੀਂ ਹਰੇਕ ਟੋਪਿਕ ਦੀ ਵਧੀਆ ਪ੍ਰੈਕਟਿਸ ਕਰ ਰਹੇ ਹੋ। ਜੇਕਰ ਤੁਸੀਂ ਵਧੀਆ ਪ੍ਰੈਕਟਿਸ ਕਰ ਰਹੇ ਹੋ ਤਾਂ ਇਹ ਸੀਰੀਜ਼ ਦੇ ਵਿੱਚ ਤੁਹਾਨੂੰ ਕਾਫੀ ਕੁਛ ਕਵਰ ਹੋਏਗਾ। ਹੁਣ ਨੈਕਸਟ ਚੱਲਦੇ ਹਾਂ। ਹੁਣ ਅਗਲਾ ਮੈਂ ਤੁਹਾਨੂੰ ਕਹਾਂਗਾ ਕਿ ਨੈਕਸਟ ਜਿਹੜਾ ਤੁਸੀਂ ਟੋਪਿਕ ਇੱਕ ਨਾ GK ਦੇ 500 ਕੁਐਸਚਨ ਮੈਂ ਲਾਂਚ ਕੀਤੇ ਸੀਗੇ 2022 ਦੇ ਵਿੱਚ, ਜਿਹਦੇ 'ਚ 300 ਕੁਐਸਚਨ GK ਸੀ, 200 ਕੁਐਸਚਨ ਪੰਜਾਬ GK ਸੀਗੇ, ਜਿਹਦੇ ਵਿੱਚੋਂ ਕਿ ਪੰਜਾਬ ਦੇ ਹਰੇਕ ਪੇਪਰ ਦੇ ਵਿੱਚੋਂ ਤੁਸੀਂ ਦੇਖੋਗੇ 5-7 ਕੁਐਸਚਨ, ਜ਼ਿਆਦਾ ਨਹੀਂ ਮੈਂ ਕਹਿ ਰਿਹਾ। ਜੇਕਰ 30 ਨੰਬਰ ਦੀ 40 ਨੰਬਰ ਦੀ GK ਪੁੱਛੀ ਜਾਂਦੀ ਆ ਪੰਜਾਬ GK, ਤਾਂ ਉਹਦੇ 'ਚੋਂ 5-7 ਕੁਐਸਚਨ ਉਸ ਸਿਰਫ ਉਸ PDF 'ਚੋਂ ਡਾਇਰੈਕਟ ਆ ਰਹੇ ਸੀ, ਕਿਉਂਕਿ ਉਹਦੇ ਵਿੱਚ ਮੈਂ ਮੇਨ ਕੁਐਸਚਨ ਹੀ ਐਡ ਕੀਤੇ ਸੀ। ਕਿਹੜੀ ਆ ਉਹ ਸੀਰੀਜ਼ ਮੈਂ ਤੁਹਾਨੂੰ ਦਿਖਾਉਂਦਾ ਹੁਣੇ। ਇਹ ਵਾਲੀ ਜਿਹੜੀ ਸੀਰੀਜ਼ ਸੀਗੀ, ਮਤਲਬ ਜਿਹੜੀ ਪੰਜਾਬ GK, ਜਾਂ ਇਹਦੇ ਵਿੱਚ 10 ਮੌਕ ਟੈਸਟ ਸੀਗੇ ਜਿਹੜੇ ਮੈਂ ਬਣਾਏ ਸੀ, ਜਿਹਦੇ 'ਚ ਕਿ ਇੱਕ ਮੌਕ ਟੈਸਟ 'ਚ 30 ਕੁਐਸਚਨ GK ਸੀ ਅਤੇ ਕਰੰਟ ਅਫੇਅਰ, ਅਤੇ 20 ਕੁਐਸਚਨ ਸੀਗੇ ਪੰਜਾਬ GK ਦੇ। ਤਾਂ ਇਹ 2022 'ਚ ਲਾਂਚ ਕੀਤੀ ਸੀ, ਤਾਂ ਇਹ ਆਪਾਂ ਫ੍ਰੀ ਆਫ ਕੋਸਟ ਤੁਹਾਡੀ ਆਪਣੀ ਯੂਟਿਊਬ ਦੇ ਉੱਤੇ ਸ਼ੁਰੂ ਕਰਤੀ ਹੋਈ ਆ, ਆਹ ਦੇਖ ਲਓ ਹੁਣ ਤੁਸੀਂ, ਠੀਕ ਆ। ਤਾਂ ਯੂਟਿਊਬ ਦੇ ਉੱਤੇ ਤੁਸੀਂ ਇਹਨੂੰ ਕਰ ਸਕਦੇ ਹੋ। ਤਾਂ ਬਹੁਤ ਹੀ ਮਿਹਨਤ ਨਾਲ ਇਹ ਵੀ ਮੈਂ ਕੰਟੈਂਟ ਤਿਆਰ ਕੀਤਾ ਸੀ, ਪਰ ਇਹ ਵਾਲੇ ਜਿਹੜੇ ਕੁਐਸਚਨ ਨੇ ਮੈਂ ਤੁਹਾਨੂੰ ਕਹਾਂਗਾ ਕਿ ਗਰੁੱਪ ਸੀ ਲਈ ਜ਼ਿਆਦਾ ਫਾਇਦੇਮੰਦ ਰਹਿਣਗੇ। ਜਿਹੜੇ ਮੈਂ ਤੁਹਾਨੂੰ ਸਟੈਟਿਕ GK 300 ਕੁਐਸਚਨ ਕਹੇ ਸੀ, ਉਹਦੇ ਲਈ ਤੁਸੀਂ PSSSB ਦੇ ਜਿਹੜੇ ਗਰੁੱਪ, PSSSB ਦੀ ਗੱਲ ਕਰ ਰਿਹਾ, ਠੀਕ ਆ, PPSC ਦੀ ਗੱਲ ਨਹੀਂ ਕਰ ਰਿਹਾ,
PSSB ਦੇ ਜਿਹੜੇ ਪਿੱਛੇ ਜੇ ਪੇਪਰ ਹੋਇਆ ਸੀ ਜਾਂ ਅੱਗੇ ਜਾ ਕੇ ਲੇਬਰ ਇੰਸਪੈਕਟਰ ਦਾ ਪੇਪਰ ਹੋਊਗਾ, ਹੈ ਨਾ, ਜਾਂ ਸੀਨੀਅਰ ਅਸਿਸਟੈਂਟ ਦੇ ਪੇਪਰ ਹੋਣਗੇ, ਉਹਨਾਂ ਲਈ ਤੁਸੀਂ 300 ਕੁਐਸਚਨ ਉਹ ਵੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਲਈ ਰਹਿਣਗੇ, ਠੀਕ ਆ। ਪਰ ਇਹ ਵਾਲੇ ਜਿਹੜੇ ਕੁਐਸਚਨ ਨੇ ਇਹਦੇ ਵਿੱਚ ਜ਼ਿਆਦਾਤਰ ਬੇਸਿਕ ਕੁਐਸਚਨ ਨੇ, ਪਰ ਪੇਪਰ ਦੇ ਵਿੱਚ ਵਨ ਲਾਈਨਰ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਇਹਦੇ ਟੋਟਲ 10 ਮੌਕ ਟੈਸਟ ਮੈਂ ਤੁਹਾਨੂੰ ਕਰਵਾਏ ਸੀ, ਹੈ ਨਾ, ਅਤੇ ਪੇਡ ਦੇ ਵਿੱਚ ਲਾਂਚ ਕੀਤੇ ਸੀ, ਪਰ ਹੁਣ ਮੈਂ ਇਹ ਵੀ ਫ੍ਰੀ ਦੇ ਵਿੱਚ ਤੁਹਾਨੂੰ ਯੂਟਿਊਬ ਦੇ ਉੱਤੇ ਕਰਵਾ ਰਿਹਾ, ਠੀਕ ਆ। ਪੇਡ ਕੰਟੈਂਟ ਸੀ ਇਸ ਟਾਈਮ, ਇਹ ਵੀ ਫ੍ਰੀ ਦੇ ਰਹੇ ਹਾਂ। ਤਾਂ ਤੁਸੀਂ ਇਹ ਚੀਜ਼ ਬਿਲਕੁਲ ਵੀ ਮਾਇੰਡ ਦੇ ਵਿੱਚ ਨਹੀਂ ਲੈ ਕੇ ਆਉਣੀ ਕਿ ਹਾਂਜੀ ਤੁਹਾਨੂੰ ਕੋਈ ਚੀਜ਼ ਮੈਂ ਪੇਡ ਦੇ ਵਿੱਚ ਜੇਕਰ 50-100 ਰੁਪਏ ਦੀ ਦੇ ਰਿਹਾ, ਤਾਂ ਜਿਹੜੇ ਬੱਚੇ ਪੇਡ ਦੇ ਵਿੱਚ ਨਹੀਂ ਪਰਚੇਜ਼ ਕਰ ਸਕਦੇ ਜਾਂ ਕੁਝ ਨਹੀਂ ਵੀ ਕਰਨਾ ਚਾਹੁੰਦੇ, ਹੈ ਨਾ, ਤਾਂ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਇਹਨੂੰ ਦੇਖ ਸਕਦੇ ਹੋ। ਤਾਂ ਤੁਹਾਡੇ ਲਈ ਕੁਝ ਬੱਚਿਆਂ ਨੂੰ ਇਹ ਹੁੰਦਾ ਕਿ ਸੁਣ ਕੇ ਸਾਨੂੰ ਜ਼ਿਆਦਾ ਵਧੀਆ ਸਮਝ ਆਉਂਦਾ, ਕੁਝ ਬੱਚਿਆਂ ਨੂੰ ਇਹ ਹੁੰਦਾ ਕਿ ਪਹਿਲਾਂ ਅਸੀਂ ਸੁਣਨਾ ਫਿਰ PDF ਤੋਂ ਪੜ੍ਹਨਾ। ਤਾਂ ਤੁਸੀਂ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਆਪਦੀ ਸਹੂਲਤ ਦੇ ਮੁਤਾਬਕ ਤੁਸੀਂ ਉਹਨੂੰ ਪੜ੍ਹ ਸਕਦੇ ਹੋ, ਠੀਕ ਆ। 3 ਆਪਣੇ ਇਹ ਸੀਗੇ ਆਪਣੇ ਨੈਕਸਟ ਆਪਣੇ ਇਹ, ਠੀਕ ਆ, ਕੰਟੈਂਟ ਦੇ ਵਿੱਚ 3 ਹੋ ਗਏ ਹੋਏ ਨੇ ਅਪਲੋਡ। ਹਰੇਕ ਹਫ਼ਤੇ 1 ਮੌਕ ਅਪਲੋਡ ਹੁੰਦਾ ਵਾ, ਤਾਂ 3 ਨੇ ਟੋਟਲ 10 ਹੋਣਗੇ। ਤਾਂ ਇਹ ਜਲਦੀ ਹੀ ਤੁਹਾਡੇ ਪੇਪਰਾਂ ਤੋਂ ਪਹਿਲਾਂ ਮੈਂ ਬਹੁਤ ਜਲਦੀ ਤੇਜ਼ੀ ਨਾਲ ਤੁਹਾਨੂੰ ਇਹ ਕਰ ਦਾਂਗਾ, ਠੀਕ ਆ, ਅਪਲੋਡ। ਹੁਣ ਇਹ ਸੀਗਾ ਜੀ, ਇਹ ਕੰਟੈਂਟ ਆ ਟੋਟਲ ਕਰੰਟ ਅਫੇਅਰ ਪੰਜਾਬ GK ਸਟੈਟਿਕ GK ਦੇ ਜਿਹੜੇ ਪੇਡ ਕੰਟੈਂਟ ਹੋ ਗਿਆ, ਹੈ ਨਾ, ਜਿਹੜਾ ਫ੍ਰੀ 'ਚ ਆਪਾਂ ਕਰਵਾਇਆ ਹੋਇਆ। ਤਾਂ ਤੁਹਾਨੂੰ, ਕਿਉਂਕਿ ਬਹੁਤ ਸਾਰੇ ਬੱਚੇ ਆਪਣੇ ਨਾਲ ਨਵੇਂ ਜੁੜੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਪੇਡ ਦੇ ਵਿੱਚ ਕੋਈ ਐਪ ਆ ਜਾਂ ਕੀ ਆ, ਹੈ ਨਾ, ਕੋਈ ਐਪਲੀਕੇਸ਼ਨ ਨਹੀਂ, ਕੋਈ ਕੰਟੈਂਟ ਆਪਣਾ ਇਹੋ ਜਿਹਾ ਨਹੀਂਗਾ ਜਿਹੜਾ ਕਿ ਤੁਹਾਨੂੰ ਪੇਡ ਦੇ ਵਿੱਚ ਆਪਾਂ ਕਰਵਾਇਆ ਵਾ ਅਤੇ ਫ੍ਰੀ ਦੇ ਵਿੱਚ ਮੈਂ ਤੁਹਾਨੂੰ ਨਹੀਂ ਦਿੱਤਾ ਹੋਇਆਗਾ, ਠੀਕ ਆ। ਤਾਂ ਇਹ ਚੀਜ਼ ਆਪਣੇ ਮਾਇੰਡ ਦੇ ਵਿੱਚ ਨਹੀਂ ਬਿਲਕੁਲ ਵੀ ਲੈ ਕੇ ਆਉਣੀ। ਤਾਂ ਪੰਜਾਬੀ ਟਾਈਪਿੰਗ ਸਿੱਖ, ਤਾਂ ਇਹਦੇ ਵਿੱਚ ਕੁਛ ਪੰਜਾਬੀ ਟਾਈਪਿੰਗ ਦੇ ਵਿੱਚ ਮੈਂ ਕੁਛ ਥੋੜ੍ਹਾ ਬਹੁਤ ਕੰਟੈਂਟ ਤਿਆਰ ਕੀਤਾ ਸੀ, ਤਾਂ ਤੁਸੀਂ ਇਹ ਜ਼ਰੂਰ ਕਰ ਸਕਦੇ ਹੋ, ਠੀਕ ਆ। ਤਾਂ ਕੁਛ ਤੁਹਾਨੂੰ ਹੈਲਪ ਅਗਰ ਮਿਲੇ ਕੋਈ PSSB ਦੇ ਕਲਰਕ ਜਾਂ ਸੀਨੀਅਰ ਅਸਿਸਟੈਂਟ ਦੇ ਪੇਪਰ ਲਈ, ਠੀਕ ਆ। ਤਾਂ ਇਹ ਸੀਗਾ ਜੀ ਅੱਜ ਦਾ ਆਪਣਾ। ਹੁਣ ਮੈਂ ਤੁਹਾਨੂੰ ਇੱਕ ਵਾਰ ਥੋੜ੍ਹਾ ਜਿਹਾ ਟੈਲੀਗ੍ਰਾਮ ਦਾ ਵੀ ਦਿਖਾ ਦੇਵਾਂ ਆਪਣਾ। ਹੁਣ ਦੋਸਤੋ, ਜਿਹੜਾ ਟੈਲੀਗ੍ਰਾਮ ਦੇ ਉੱਤੇ ਆਪਣਾ ਚੈਨਲ ਆ, ਹੈ ਨਾ, ਟੈਲੀਗ੍ਰਾਮ ਦਾ ਚੈਨਲ GK ਅਕੈਡਮੀ ਪੰਜਾਬ, ਤਾਂ ਇਹ ਲੋਗੋ ਹੈ ਦਾ, ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੁੰਦਾ, ਇਹ ਵੀਡੀਓ ਦੇ ਵੀ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿੰਕ ਦੇ ਦਾਂਗਾ, ਹੈ ਨਾ। ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ, ਕੁਝ ਬੱਚਿਆਂ ਨੂੰ ਨਹੀਂ ਪਤਾ ਕਿ ਕਿੱਥੋਂ ਇਹਨਾਂ ਦਾ ਕਰਨਾ, ਇਹਦੇ 'ਤੇ ਕਲਿੱਕ ਕਰਨਾ, ਠੀਕ ਆ, ਉੱਪਰ ਤੁਸੀਂ ਇਹਦੇ 'ਤੇ ਕਲਿੱਕ ਕਰਕੇ ਤੁਸੀਂ ਕੀ ਜਾਣਾ, ਇਹਦੇ ਵਿੱਚ ਜਾਣਾ ਵਾ ਫਾਇਲਸ ਦੇ ਵਿੱਚ, ਠੀਕ ਆ। ਫਾਇਲਸ ਦੇ ਵਿੱਚ ਜਾਓਗੇ, ਆਹ ਦੇਖੋ ਕਰੰਟ ਅਫੇਅਰ A4 2023 ਦੇ ਪਏ ਨੇ, ਹੈ ਨਾ, ਜਨਵਰੀ ਤੋਂ ਮਈ 2024 ਦੇ ਪਏ ਨੇ। ਤਾਂ GK ਦੇ ਜਿਹੜੇ ਟੋਪ 794 MCQ ਮੈਂ ਤੁਹਾਨੂੰ ਕੰਪਾਈਲ ਕਰਕੇ ਦਿੱਤੇ ਸੀ, ਹੈ ਨਾ, ਕਲਾਸਾਂ 'ਚੋਂ ਕੱਢ ਕੱਢ ਕੇ, ਇਹ ਤੁਸੀਂ ਕਰ ਸਕਦੇ ਹੋ ਫ੍ਰੀ ਆਫ ਕੋਸਟ, ਅੱਡ ਨੇ, ਠੀਕ ਆ। ਇਹ ਪੇਡ ਤੋਂ ਇਕੱਲੇ ਫ੍ਰੀ ਸੀ। ਆਹ ਪੰਜਾਬ GK ਦੀ ਜਿਹੜੀ ਪੂਰੀ PDF ਦੀ ਮੈਂ ਤੁਹਾਨੂੰ ਗੱਲ ਕਰਦਾ ਸੀ, ਇੱਥੋਂ ਕਰ ਸਕਦੇ ਹੋ ਤੁਸੀਂ, ਹੈ ਨਾ, ਹਿਸਟਰੀ ਕੰਪਲੀਟ ਦੀ PDF ਆ ਪਈ ਆ, ਹੈ ਨਾ। ਤਾਂ ਨੈਕਸਟ ਪੋਲਿਟੀ ਪ੍ਰਿੰਟੇਬਲ ਫੋਰਮੈਟ ਦੇ ਵਿੱਚ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਆਹ PDF ਤੁਹਾਡੀ ਪਈ ਆ, ਠੀਕ ਆ। ਤਾਂ ਬਿਲਕੁਲ ਵੀ ਇਹ ਚੀਜ਼ ਨਹੀਂ ਸੋਚਣੀ ਕਿ ਤੁਸੀਂ, ਮਤਲਬ ਕਿ ਤੁਹਾਨੂੰ ਆਪਾਂ PDF ਨਹੀਂ ਦਿੱਤੀ। ਹੁਣ ਇੱਕ ਨਾ ਮੈਂ ਮੌਕ ਟੈਸਟ ਲਾਂਚ ਕੀਤੇ ਸੀ, ਆਹ ਦੇਖ ਲਓ, ਹੁਣ ਮੌਕ ਟੈਸਟ ਲਾਂਚ ਕੀਤੇ ਸੀ ਜਿਹੜੇ ਕਿ ਗਰੁੱਪ C ਦੇ ਪੇਪਰਾਂ ਲਈ, ਅਤੇ ਕਲਰਕ ਲਈ ਕੀਤਾ ਸੀ ਜਾਂ ਪਟਵਾਰੀ ਪੇਪਰ ਹੋ ਗਿਆ, ਹੈ ਨਾ, ਕਲਰਕ ਹੋ ਗਿਆ। ਤਾਂ ਗਰੁੱਪ C ਲਈ ਮੌਕ ਟੈਸਟ ਤਿਆਰ ਕੀਤੇ ਸੀ, ਇਹ ਪਹਿਲਾਂ ਪੇਡ ਸੀਗੇ, ਹੈ ਨਾ, ਬਹੁਤ ਘੱਟ ਪ੍ਰਾਈਸ 'ਚ ਰੱਖੇ ਸੀ, ਪਰ ਇਹ ਵੀ ਮੈਂ ਤੁਹਾਡੇ ਲਈ ਸਾਰੇ ਦੇ ਸਾਰੇ ਫ੍ਰੀ ਆਫ ਕੋਸਟ ਇਹਦੇ ਉੱਤੇ ਹੁਣੇ, ਮਤਲਬ ਅਪਲੋਡ ਕੀਤੇ ਹੋਏ ਨੇ। ਤਾਂ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ ਫੁੱਲ ਮੌਕ ਟੈਸਟ, ਠੀਕ ਆ। ਇਸ ਤੋਂ ਇਲਾਵਾ ਹੁਣ ਇਸ ਟਾਈਮ ਆਪਣੇ ਕੋਲ ਕੋਈ ਫੁੱਲ ਮੌਕ ਟੈਸਟ ਪੇਡ ਦੇ ਵਿੱਚ ਨਹੀਂ ਹੈਗਾ। ਅੱਗੇ ਜਾ ਕੇ ਮੈਂ ਕੋਸ਼ਿਸ਼ ਕਰਾਂਗਾ, ਜੇਕਰ ਮੇਰਾ ਟਾਈਮ ਲੱਗਿਆ ਤਾਂ ਮੈਂ ਤੁਹਾਡੇ ਲਈ ਪੇਪਰ ਤੋਂ ਪਹਿਲਾਂ ਮੌਕ ਟੈਸਟ ਵਧੀਆ ਲੈਵਲ 'ਤੇ ਤਿਆਰ ਕਰਾਂਗਾ। ਹੁਣ ਵੀ ਤੁਸੀਂ ਜੇਕਰ ਇਹ ਮੌਕ ਟੈਸਟ ਲਾਉਣੇ ਨੇ ਲਗਾ ਸਕਦੇ ਹੋ, ਪਰ ਤੁਸੀਂ ਕਰਨਾ ਕੀ ਆ, ਤੁਸੀਂ ਸਿਰਫ ਅਤੇ ਸਿਰਫ ਇਹਨੂੰ ਆਪਣੇ ਨੂੰ ਜਿਹੜੇ ਮੌਕ ਟੈਸਟ ਨੇ, ਹੈ ਨਾ, ਅਤੇ ਇਹਨੂੰ ਇਹਦੇ ਕਰੰਟ ਅਫੇਅਰਸ ਨੂੰ ਅਵੋਇਡ ਕਰ ਦਿਓ, ਕਿਉਂਕਿ ਕਰੰਟ ਅਫੇਅਰਸ ਥੋੜ੍ਹੇ ਇਹਦੇ ਵਿੱਚ ਪੁਰਾਣੇ ਨੇ, ਕਿਉਂਕਿ ਇਹ 2023 'ਚ ਤਿਆਰ ਕੀਤੇ ਸੀ, ਠੀਕ ਹੈ। ਕਰੰਟ ਅਫੇਅਰ ਛੱਡ ਕੇ ਬਾਕੀ ਸਾਰਾ ਕੰਟੈਂਟ ਤੁਸੀਂ ਮੌਕ ਟੈਸਟ ਲਾ ਸਕਦੇ ਹੋ। ਹੁਣ ਜਿਹੜੇ ਯੂਟਿਊਬ ਦੇ ਉੱਤੇ ਸੀਰੀਜ਼ ਚੱਲ ਰਹੀ ਹੈ ਇਸ ਟਾਈਮ, ਹੈ ਨਾ,
500 ਕੁਐਸਚਨ ਦੀ, ਉਹ ਤੁਸੀਂ ਇੱਥੋਂ ਇਹਦਾ ਡੈਮੋ ਪਿਆ ਵਾ ਤਾਂ ਇਹਨੂੰ ਤੁਸੀਂ ਦੇਖੋ ਇਹੋ ਜਿਹੇ ਕੁਐਸਚਨ ਹੋਣਗੇ ਉਹਦੇ ਵਿੱਚ ਜਿਹਦਾ ਪ੍ਰਾਈਜ਼ ਇਸ ਟਾਈਮ 50 ਰੁਪਏ ਆ, ਠੀਕ ਆ। ਤਾਂ ਡੈਮੋ 300 ਕੁਐਸਚਨ ਦੀ ਸਟੈਟਿਕ ਜੀਕੇ ਦੀ ਜਿਹੜੀ ਆ ਉਹਦਾ ਪ੍ਰਾਈਜ਼ ਇਸ ਟਾਈਮ 80 ਰੁਪਏ ਆ, ਠੀਕ ਆ। ਇਹ ਪੇਡ ਦੇ ਵਿੱਚ ਆ, ਠੀਕ ਆ। ਯੂਟਿਊਬ 'ਤੇ ਫ੍ਰੀ ਆ ਪਰ ਇਹਦੀ PDF ਪੇਡ ਆ, ਤਾਂ ਟੋਟਲ ਬਣੇ ਇਹ 130। ਜੇਕਰ ਕੋਈ ਬੱਚਾ ਇਹਨਾਂ ਦੋਨਾਂ ਨੂੰ ਪਰਚੇਜ਼ ਕਰਨਾ ਚਾਹੁੰਦਾ ਵਾ ਤਾਂ 30 ਰੁਪਏ ਡਿਸਕਾਊਂਟ ਨਾਲ ਸਿਰਫ 100 ਰੁਪੀਸ ਦੇ ਵਿੱਚ 8386-6608-58, ਠੀਕ ਆ, 8386-6508-58 ਦੇ ਉੱਤੇ ਤੁਸੀਂ ਮੈਸੇਜ ਕਰਕੇ ਅਤੇ ਇਹਦੇ 'ਤੇ ਹੀ ਆਪਣਾ ਗੂਗਲ ਪੇ ਵਗੈਰਾ ਕਰਕੇ ਤੁਸੀਂ ਇਸੇ ਨੰਬਰ 'ਤੇ ਵਟਸਐਪ 'ਤੇ ਤੁਹਾਨੂੰ PDF ਮਿਲ ਜਾਵੇਗੀ। ਐਪਲੀਕੇਸ਼ਨ ਕੋਈ ਨਹੀਂ ਗੀ, ਠੀਕ ਆ। ਫਿਰ ਤੋਂ ਮੈਂ ਤੁਹਾਨੂੰ ਵਾਰ ਵਾਰ ਦੱਸ ਰਿਹਾ ਹਾਂ ਕਿਉਂਕਿ ਜ਼ਿਆਦਾਤਰ ਸਵਾਲ ਇਹੀ ਆਉਂਦੇ ਨੇ ਕਿ ਐਪਲੀਕੇਸ਼ਨ ਹੈਗੀ ਆ ਕਿ ਨਹੀਂ, ਠੀਕ ਆ। ਹਿਸਟਰੀ ਮੈਂ ਤੁਹਾਨੂੰ ਦੱਸਦਾ, ਪੰਜਾਬ GK ਮੈਂ ਤੁਹਾਨੂੰ ਦੱਸਦਾ, ਠੀਕ ਆ। ਤਾਂ ਆ ਜਿਹੜੇ ਕੰਟੈਂਟ ਦੇ ਵਿੱਚ ਜਿਹੜੇ ਆਪਣੇ ਦੂਸਰੇ ਕੁਐਸਚਨ ਪਏ ਨੇ ਤਾਂ ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਪੋਲਿਟੀ ਵੀ ਆ ਪਈਆਂ, ਹੈ ਨਾ। ਇਹ ਬਾਕੀ ਜਿਹੜੀਆਂ ਨੇ ਉਹ ਆਪਣੇ ਜਿਹੜੇ ਪੇਪਰਾਂ ਨਾਲ ਰਿਲੇਟਡ ਹੁੰਦੇ ਨੇ, ਹੈ ਨਾ। ਕੋਈ ਰਿਕਰੂਟਮੈਂਟ ਦਾ ਕੋਈ ਨੋਟੀਫਿਕੇਸ਼ਨ ਹੁੰਦਾ ਉਹ ਪਏ ਨੇ, ਪਰ ਇਹਦੇ ਵਿੱਚ ਹੀ ਫਾਇਲ ਸੈਕਸ਼ਨ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਤਾਂ ਆ ਦੇਖੋ ਪੁਰਾਣੇ ਪੇਪਰ ਵੀ ਇਹਦੇ ਵਿੱਚ ਪਏ ਨੇ, ਸੀਨੀਅਰ ਅਸਿਸਟੈਂਟ ਦੇ, PPSC ਦੇ ਹੋ ਗਏ, ਹੈ ਨਾ। ਮੌਕ ਟੈਸਟ ਵਗੈਰਾ ਸਾਰੇ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਮਿਲ ਜਾਏਗੇ। ਤਾਂ ਤੁਸੀਂ ਇਹਨੂੰ ਤੁਸੀਂ ਡਾਊਨਲੋਡ ਕਰਨਾ। ਉਮੀਦ ਆ ਕਿ ਤੁਹਾਨੂੰ ਸਭ ਪਤਾ ਲੱਗ ਗਿਆ ਹੋਏਗਾ ਹੁਣ ਕਿ ਇਹਦੇ ਬਾਰੇ ਤੁਹਾਨੂੰ ਕੋਈ ਡਾਊਟ ਨਹੀਂ ਹੋਗਾ। ਹੁਣ ਇੱਕ ਮੇਰਾ ਗਰੁੱਪ ਬਣਾਇਆ ਹੋਇਆ ਵਾ GK ਅਕੈਡਮੀ ਪੰਜਾਬ ਦਾ, MCQ ਕੁਇਜ਼, ਉਹ ਵੀ ਮੈਂ ਤੁਹਾਨੂੰ ਦਿਖਾਦਾ, ਜਿਹਦੇ ਉੱਤੇ ਕਿ ਤੁਸੀਂ 1500-1600 ਕੁਐਸਚਨ GK ਕਰੰਟ ਅਫੇਅਰ ਦੇ ਟੈਸਟ ਕਰ। ਤਾਂ ਦੋਸਤੋ ਇਹ ਆਪਣਾ GK MCQ 'ਚ GK ਅਕੈਡਮੀ ਪੰਜਾਬ ਦਾ ਇੱਕ ਗਰੁੱਪ ਆ, ਇਹ ਵੀ ਤੁਹਾਨੂੰ ਲਿੰਕ ਆਪਾਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ, ਜਿਹਦੇ 1500 ਕੁਐਸਚਨ ਤੁਹਾਨੂੰ GK ਦਾ ਮਿਲੇਗਾ, ਜਿਹਦੇ ਵਿੱਚ ਕਿ ਤੁਸੀਂ ਮਤਲਬ ਕਿ ਆਪਦਾ ਤਿਆਰੀ ਚੈੱਕ ਕਰ ਸਕਦੇ ਹੋ। ਕਿਉਂਕਿ 2022-23 ਦੇ ਵਿੱਚ ਕੁਐਸਚਨ ਇਹਦੇ ਵਿੱਚੋਂ ਵੀ ਡਾਇਰੈਕਟ ਬਣ ਰਹੇ ਸੀ, ਕਿਉਂਕਿ ਇਹਦੇ ਵਿੱਚ ਵੀ ਮੇਨ ਕੁਐਸਚਨ ਆਪਾਂ ਤੁਹਾਨੂੰ ਕਰਵਾਏ ਹੋਏ ਨੇ, ਹੈ ਨਾ। ਆਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿੱਦਾਂ ਕੁਐਸਚਨ ਡਾਇਰੈਕਟ ਆਪਣੇ ਕੰਟੈਂਟ ਦੇ ਵਿੱਚੋਂ ਬਣੇ ਸੀ 2022-23 'ਚ, ਜਦੋਂ ਜਿਵੇਂ ਜਿਵੇਂ ਪੇਪਰ ਹੁੰਦਾ ਸੀ। ਕਿਉਂਕਿ ਇਹ ਕੰਟੈਂਟ ਮੈਂ 2022 ਦੇ ਵਿੱਚ ਤਿਆਰ ਕੀਤੇ ਸੀ, ਹੈ ਨਾ। ਕਿਉਂਕਿ 2023-'ਚ ਮੇਰੀ ਜੁਆਇਨਿੰਗ ਹੋਣ ਕਰਕੇ ਜ਼ਿਆਦਾ ਕੰਟੈਂਟ ਤਿਆਰ ਨਹੀਂ ਸੀ ਕਰ ਸਕਿਆ ਮੈਂ, ਪਰ ਮੈਂ 2022-'ਚ ਬਹੁਤ ਮਿਹਨਤ ਨਾਲ ਕੰਟੈਂਟ ਤਿਆਰ ਕੀਤਾ ਸੀ। ਤਾਂ ਜਿਹੜੇ ਦੇਖੋਗੇ 2023 ਤੱਕ ਵੀ ਪੇਪਰ ਹੁੰਦੇ ਰਹੇ ਨੇ, ਆਹ ਦੇਖ ਲਓ ਕਲਰਕ ਦਾ ਪੇਪਰ ਹੁੰਦਾ ਸੀ, ਤਾਂ ਇਹਦੇ ਵਿੱਚ ਕਿੰਨੇ ਕੁਐਸਚਨ ਪੇਪਰ ਦੇ ਵਿੱਚੋਂ ਡਾਇਰੈਕਟ ਦੇਖਣ ਨੂੰ ਮਿਲਦੇ ਸੀ ਤੁਹਾਨੂੰ। ਕਿਉਂਕਿ 2023-'ਚ ਜ਼ਿਆਦਾ ਨਹੀਂ ਸੀ ਹੋਇਆ, ਪਰ 2022-'ਚ ਵਧੀਆ ਕੰਟੈਂਟ ਤਿਆਰ ਕੀਤਾ ਸੀ। ਅਤੇ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਿਹਾ ਸੀ ਕਿ ਕਿੱਦਾਂ ਹਰੇਕ ਪੇਪਰ ਦੇ ਵਿੱਚ ਆਪਣੇ ਚੈਨਲ ਦੇ ਜਿਹੜੇ ਕੰਟੈਂਟ ਹੁੰਦਾ। ਕਿਉਂਕਿ ਇਹ ਦੱਸਣ ਦਾ ਮਤਲਬ ਮੇਰਾ ਇਹ ਨਹੀਂ ਗਾ ਕਿ ਹਾਂਜੀ ਮੈਂ ਤੁਹਾਨੂੰ ਕੋਈ ਆਪਣੇ ਚੈਨਲ ਦੀ ਕੋਈ ਵਡਿਆਈ ਕਰ ਰਿਹਾ ਬਹੁਤ ਜ਼ਿਆਦਾ, ਤੁਸੀਂ ਕਿਤੇ ਹੋਰ ਵੀ ਵਧੀਆ ਚੈਨਲ ਤੋਂ ਪੜ੍ਹ ਰਹੇ ਹੋ ਜਾਂ ਬੁੱਕ ਤੋਂ ਪੜ੍ਹ ਰਹੇ ਹੋ ਤਾਂ ਤੁਹਾਡੇ ਇਹ ਵੀ ਕਵਰ ਹੋਏ ਰਹੇ ਹੋਣਗੇ। ਪਰ ਇਹਦਾ ਮਕਸਦ ਇਹ ਹੈ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਫੋਲੋ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੇਪਰ ਦੇ ਵਿੱਚ ਕੋਈ ਇਸ ਚੈਨਲ 'ਚੋਂ ਕੁਐਸਚਨ ਆ ਵੀ ਰਿਹਾ ਕਿ ਨਹੀਂ, ਠੀਕ ਆ। ਇਹ ਚੀਜ਼ ਆ। ਅਤੇ ਅੱਗੇ ਆਪਣੇ ਕੋਲ ਇਹ ਵਾਲੇ ਕੁਐਸਚਨ ਤੁਸੀਂ ਨਾਲ ਟੋਪਿਕ ਵਾਈਜ਼ ਲਗਾ ਸਕਦੇ ਹੋ, ਚਾਹੇ ਪਿੰਨ ਮੈਸੇਜ ਦੇ ਉੱਤੇ ਜਦੋਂ ਤੁਸੀਂ ਜਾਓਗੇ, ਹੈ ਨਾ। ਅਤੇ ਇਹਦੇ ਵਿੱਚ ਵਧੀਆ ਲੈਵਲ ਦੇ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਜਾਣਗੇ। ਆਹ ਇਹਦੀ ਪਲੇਲਿਸਟ ਵਗੈਰਾ ਕੋਈ ਵੀ ਆ, ਹੈ ਨਾ। ਕੋਈ ਕੁਐਸਚਨ ਹੈ MCQ ਕੁਇਜ਼ ਦਾ, ਤੁਸੀਂ ਇਹ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਮਿਲ ਜਾਏਗਾ ਕਿ ਹਾਂਜੀ ਕਿੱਦਾਂ ਕਿੱਦਾਂ ਤੁਸੀਂ ਕੁਐਸਚਨ ਅਟੈਂਪਟ ਕਰਦੇ ਨੇ, ਠੀਕ ਆ। ਤਾਂ ਜੀ ਧੰਨਵਾਦ ਜੀ, ਉਮੀਦ ਆ ਕਿ ਤੁਹਾਡੇ ਸਾਰੇ ਡਾਊਟ ਹੁਣ ਕਲੀਅਰ ਹੋ ਗਏ ਹੋਣਗੇ। ਹੁਣ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਨਾਲ ਨਵੇਂ ਜੁੜੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਯੂਟਿਊਬ ਨੂੰ ਤਾਂ ਸ਼ੇਅਰ ਜ਼ਰੂਰ ਕਰਿਓ, ਇਹ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਿਉਂਕਿ ਕੋਈ ਲੋੜਵੰਦ ਬੱਚਾ ਹੁੰਦਾ ਜਿਹੜਾ ਫੀਸ ਨਹੀਂ ਭਰ ਸਕਦਾ, ਹੈ ਨਾ। ਅਤੇ ਕੁਛ ਹੁੰਦਾ ਕਿ ਹਾਂਜੀ ਯੂਟਿਊਬ ਤੋਂ ਪੜ੍ਹਨਾ ਚਾਹੁੰਦਾ, ਹੈ ਨਾ, ਜਾਂ ਕੁਛ ਗਾਈਡੈਂਸ ਲਈ ਉਹਨਾਂ ਨੂੰ ਥੋੜ੍ਹਾ ਬਹੁਤ। ਕਿਉਂਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਬਹੁਤ ਜ਼ਿਆਦਾ ਮਤਲਬ ਜਾਣਕਾਰੀ ਆ ਜਾਂ ਮੈਂ ਕੋਈ ਟੋਪਰ ਸੀ ਜਾਂ ਇਸ ਤਰ੍ਹਾਂ ਸੀ, ਹੈ ਨਾ। ਮੈਂ ਵੀ ਤੁਹਾਡੇ ਵਾਂਗੂ ਇੱਕ ਐਵਰੇਜ ਸਟੂਡੈਂਟ ਹੀ ਸੀ, ਹੈ ਨਾ। ਅਤੇ ਕੋਈ ਇੱਦਾਂ ਦਾ ਮਤਲਬ ਨਹੀਂ ਸੀਗਾ ਕਿ ਬਹੁਤ ਜ਼ਿਆਦਾ ਮੈਨੂੰ ਕਿਸੇ ਵੀ ਚੀਜ਼ 'ਚ ਮਤਲਬ ਮਹਾਰਤ ਹਾਸਲ ਸੀ, ਹੈ ਨਾ। ਪਰ ਜਿਵੇਂ ਜਿਵੇਂ ਤੁਸੀਂ ਚੀਜ਼ਾਂ ਨੂੰ ਪੜ੍ਹਦੇ ਹੋ, ਹੌਲੀ ਹੌਲੀ ਕਰਦੇ ਹੋ, ਕੋਈ ਸਬਜੈਕਟ ਇੱਦਾਂ ਦਾ ਹੁੰਦਾ ਵਾ ਕਿ ਜਿਹੜੇ ਕਿ ਤੁਹਾਨੂੰ, ਕਿਉਂਕਿ ਤੁਹਾਡਾ ਵੀ ਕੋਈ ਨਾ ਕੋਈ ਇਹੋ ਜਿਹਾ ਫੇਵਰਟ ਸਬਜੈਕਟ ਹੋਊਗਾ, ਤਾਂ ਮੈਂ ਤੁਹਾਨੂੰ ਵੀ ਸਲਾਹ ਦੇਵਾਂਗਾ ਕਿ ਜੇਕਰ ਕੱਲ੍ਹ ਨੂੰ ਤੁਹਾਡੀ ਜਦੋਂ ਵੀ ਪਰਮਾਤਮਾ ਕਰੇ ਜਦ ਵੀ ਤੁਹਾਡੀ ਸਿਲੈਕਸ਼ਨ ਹੁੰਦੀ ਆ
ਤਾਂ ਤੁਸੀਂ ਵੀ ਕਿਸੇ ਮਤਲਬ ਆਪਦੇ ਮਤਲਬ ਦੋਸਤਾਂ ਦੀ ਮਦਦ ਕਰੋ, ਹੈ ਨਾ। ਹੋਰ ਨਹੀਂ ਤਾਂ ਤੁਸੀਂ ਆਪਦੇ ਦੋਸਤਾਂ ਨੂੰ ਸਹੀ ਗਾਈਡ ਕਰ ਸਕਦੇ ਹੋ ਕਿ ਜਿਹੜੀਆਂ ਗਲਤੀਆਂ ਤੁਸੀਂ ਕੀਤੀਆਂ ਨੇ ਉਹ ਨਾ ਕਰਨ, ਠੀਕ ਆ। ਅਤੇ ਕਿਉਂਕਿ ਕਿਤੋਂ ਨਾ ਕਿਤੋਂ ਥੋੜ੍ਹੀ ਬਹੁਤ ਗਾਈਡੈਂਸ ਲੈਣ ਦੇ ਵਿੱਚ ਆਪਣਾ ਕੁਛ ਘੱਟ ਨਹੀਂ ਜਾਂਦਾ ਗਾ, ਹੈ ਨਾ। ਕਿਉਂਕਿ ਮੈਂ ਜਦੋਂ ਤਿਆਰੀ ਕਰਦਾ ਸੀ, ਮੈਂ ਖੁਦ ਆਪਣੇ ਦੋਸਤਾਂ ਤੋਂ ਜਿਹੜੇ ਸਿਲੈਕਟ ਹੋਏ ਹੁੰਦੇ ਸੀ ਉਹਨਾਂ ਤੋਂ ਗਾਈਡੈਂਸ ਲੈਂਦਾ ਹੁੰਦਾ ਸੀ ਕਿ ਇਹਦੇ ਵਿੱਚ ਕੀ ਹੁੰਦਾ, ਇੱਦਾਂ ਕੀ ਹੁੰਦਾ, ਹੈ ਨਾ। ਤਾਂ ਇਹਦੇ ਵਿੱਚ ਆਪਣਾ ਕੋਈ ਘੱਟ ਨਹੀਂ ਜਾਂਦਾ ਕਿ ਆਪਾਂ ਕਿਸੇ ਤੋਂ ਪੁੱਛਦੇ ਹਾਂ, ਹੈ ਨਾ, ਜਾਂ ਆਪਾਂ ਕਿਸੇ ਦੀ ਗੱਲ ਸੁਣਦੇ ਹਾਂ, ਹੈ ਨਾ। ਤਾਂ ਜ਼ਰੂਰੀ ਇਹ ਹੁੰਦਾ ਕਿ ਉਹਨਾਂ ਨੂੰ ਆਪਣੇ ਤੋਂ ਜ਼ਿਆਦਾ ਐਕਸਪੀਰੀਅੰਸ ਹੁੰਦਾ ਪੇਪਰਾਂ ਦਾ, ਉਹਨਾਂ ਨੇ ਪੇਪਰ ਜ਼ਿਆਦਾ ਦਿੱਤੇ ਹੁੰਦੇ ਆ, ਹੈ ਨਾ। ਤਾਂ ਉਹਨਾਂ ਨੇ ਪੇਪਰ ਦੇ ਵਿੱਚ ਫੇਲ ਵੀ ਜ਼ਿਆਦਾ ਹੋਇਆ, ਜਿਹੜਾ ਬੱਚਾ ਜਿੰਨਾ ਜ਼ਿਆਦਾ ਫੇਲ ਹੋ ਰਿਹਾ ਉਹਨੂੰ ਵੀ ਐਕਸਪੀਰੀਅੰਸ ਹੁੰਦਾ ਕਿ ਹਾਂਜੀ ਇਹ ਗਲਤੀ ਮੈਂ ਅਗਲੇ ਪੇਪਰ 'ਚ ਨਹੀਂ ਕਰਨੀ। ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹ ਚੀਜ਼ਾਂ ਨੂੰ ਮਤਲਬ ਆਪਦੀ ਲਾਈਫ ਦੇ ਵਿੱਚ ਯੂਟੀਲਾਈਜ਼ ਕਰਨਾ ਵਾ, ਅਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਤਿਆਰੀ ਕਰਨੀ ਆ ਤਾਂ ਕਿ ਤੁਹਾਡੀ ਸਿਲੈਕਸ਼ਨ ਬਹੁਤ ਜਲਦੀ ਹੋ ਸਕੇ, ਹੈ ਨਾ। ਤਾਂ ਬਾਕੀ ਪੜ੍ਹਨਾ ਤੁਸੀਂ ਆਪ ਹੀ ਆ, ਕੋਈ ਇਹਦੇ ਵਿੱਚ ਕਿਸੇ ਨੇ ਕੁਛ ਵੀ ਤੁਹਾਨੂੰ ਘੋਲ ਕੇ ਨਹੀਂ ਪਿਲਾ ਦੇਣਾ ਕਿ ਹਾਂਜੀ ਇਹ ਕਿਰਤਾ ਅਤੇ ਤੁਹਾਡੇ ਜੀਕੇ 'ਚੋਂ 50 'ਚੋਂ 40 ਨੰਬਰ ਆ ਜਾਣਗੇ, ਹੈ ਨਾ, 45 ਨੰਬਰ ਆ ਜਾਣਗੇ। ਪੜ੍ਹਨਾ ਤੁਸੀਂ ਆਪ ਆ, ਜਿੰਨੀ ਤੁਸੀਂ ਵਧੀਆ ਰਿਵੀਜ਼ਨ ਕਰੋਗੇ, ਜਿੰਨਾ ਤੁਸੀਂ ਵਧੀਆ ਤਿਆਰੀ ਕਰੋਗੇ, ਹੈ ਨਾ, ਜਿੰਨੇ ਤੁਸੀਂ ਵਧੀਆ ਇੰਪੋਰਟੈਂਟ ਚੀਜ਼ਾਂ ਕਰੋਗੇ ਤਾਂ ਜਿਹੜੀਆਂ ਛੱਡਣ ਵਾਲੀਆਂ ਚੀਜ਼ਾਂ ਉਹ ਚੀਜ਼ਾਂ ਛੱਡੋਗੇ ਤਾਂ ਤੁਹਾਡੇ ਲਈ ਫਾਇਦਾ ਹੋਏਗਾ, ਠੀਕ ਆ। ਧੰਨਵਾਦ ਜੀ। ਹੁਣ ਉਮੀਦ ਆ ਕਿ ਤੁਹਾਡੇ ਸਾਰੇ ਡਾਊਟ ਕਲੀਅਰ ਹੋਣਗੇ। ਫਿਰ ਵੀ ਤੁਸੀਂ ਮੈਸੇਜ 83-608-6068 'ਤੇ ਕਰ ਦਿਓ, ਕਈ ਵਾਰ ਰਿਪਲਾਈ ਨਹੀਂ ਹੁੰਦਾ, ਬਹੁਤ ਬਿਜ਼ੀ ਹੁੰਦਾ ਮੈਂ, ਤਾਂ ਜਦੋਂ ਵੀ ਟਾਈਮ ਲੱਗਦਾ ਮੈਂ ਤੁਹਾਡਾ ਰਿਪਲਾਈ ਕਰਦਾ ਮੈਂ, ਠੀਕ ਆ। ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਜੀ।